सही गल बापू तेरी पर गलतियां तो देख अपन सी उन्होंने कोई कसूर नहीं गलत तो आप ही सारा रोज तेरी गल सही है वैसे हूं अमन भी गई हुई है जुतियां ताई दी खानियां पैणगी जी जमीन लैनी है जी ओ तां तेरी गल सही आ मैं तां की कहा सीगा उहनूं अमन दा फोन आउंदा सीगा ओ अपणियां गल्लां गुल्लां दसदी रही ट्रेनिंग दीआं मैं इंज कहता मैं कहा ताई भी हुण मैनूं ऐ दस ਵੀ ਅਮਨ ਨੂੰ ਭੇਜੇਗੀ ਕਿ ਨਹੀਂ ਕਹਿੰਦੀ ਤਾਂ ਦੱਸ ਤੇਰਾ ਢਿੱਡ ਦੁਖਦਾ ਅਸੀਂ ਨਹੀਂ ਭੇਜਣਾ ਇਹ ਆ ਉਹ ਆ ਪਹਿਲਾਂ ਮੇਰੀ ਗੱਲ ਸੁਣ ਇਦੋਂ ਬਾਅਦ ਤੂੰ ਅਮਨ ਦੀ ਗੱਲ ਤਾਂ ਛੇੜਨੀ ਨਹੀਂ ਦੁੱਥੇ ਭੇਜਣੀ ਜਾਂ ਨਾ ਭੇਜਣੀ ਉਹ ਕੁਛ ਮਰਜ਼ੀ ਕਰਨ ਤੂੰ ਆਪਦੇ ਮੂੰਹ ਹੁਣ ਇਹ ਗੱਲ ਕੱਢੀ ਬਸ ਇਸੇ ਗੱਲ ਤੇ ਆਪਣੇ ਨਾਲ ਫਰਕ ਪਿਆ ਤਾਂ ਇਹ ਨਹੀਂ ਪੈਂਦਾ ਨਹੀਂ ਸੀ ਹਾਂ ਗੱਲ ਤਾਂ ਇਹ ਹੀ ਆ ਪਰ ਮੈਨੂੰ ਤਾਂ ਦਰਸ ਬਾਹਰ ਆਇਆ ਅੱਜ ਰਾਜ ਤੇ ਵੀ ਅੱਜ ਵੀ ਦਿਨ ਸਵੇਰੇ ਕਿੰਨੀਆਂ ਮਾਫੀਆਂ ਮੰਗ ਕੇ ਗਿਆ ਤੈਨੂੰ ਤਾਂ ਦਰਸ ਹੋਣੀ ਸੀ ਕਿਹਾ ਤਾਂ ਮੈਂ ਵੀ ਸੀ ਵੀ ਹਾਂ ਕੋਈ ਨਾ ਆਇਆ ਨਾ ਬੋਲੋ ਤੇ ਤੂੰ ਕਿਹੜਾ ਮੈਨੂੰ ਸ਼ਾਮ ਪਾਤੀ ਫਿਰ ਮਿੰਟ ਚ ਕਿਵੇਂ ਬੋਲ ਜੂ ਸਰ ਆਜੇ ਬੈਠੇ ਵੀ ਹਾਂ ਵੇ ਆਹੀ ਗੱਲ ਪਿੱਛੇ ਨਾਲ ਮੈਨੂੰ ਤਾਈ ਇੰਨਾ ਕੁਛ ਬੋਲੀ ਆ ਫੇਰ ਕੀ ਹੋ ਗਿਆ ਸੀ ਜੇ ਮੈਂ ਤੈਨੂੰ ਕਹਿਤਾ ਮਿੰਟ ਮਿੰਟ ਚ ਤਾਂ ਤੈਨੂੰ ਕਹੀ ਜਾਂਦੀ ਵੀ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਕਿਹੜਾ ਚੁੱਪ ਕਰਦਾ ਸੀ ਬੇਇੱਜ਼ਤੀ ਕਰਾਉਣ ਤੋਂ ਹਟਦਾ ਹੀ ਨਹੀਂ ਆਪਦੀ ਉਹ ਫਿਰ ਐ ਰਾਜ ਨੂੰ ਇੰਨਾ ਪੁੱਠਾ ਤਾਂ ਬੋਲਦੇ ਨਹੀਂ ਜਰਿਆ ਜਾਂਦਾ ਉਹਨੇ ਮੇਰੇ ਨਾਲ ਇਹ ਗੱਲਾਂ ਇੱਥੇ ਖਾਦਾ ਪੀਤਾਗਾ ਮੈਨੂੰ ਪਤਾ ਰਾਜ ਦਾ दुबारे पुतमन कि चार मिठिया राज आके दुबारे मार गया ताई कोले फिर पुतमन आऊगी फिर सारा कुछ आऊगा ताई नहीं आउंदी उहनां दी गल्लां च छड्ड दे तू बथेरा मैनूं समझाया उह तां मैनूं ऐ पैंदी है ना दुबारे गल तो तेरी सही है चल ठीक है जिदा तू कहा मैं ओदा ही करांगी हुण इहदे रोटे ही बनाया करूंगी ते पिछे पिछे फिरिया करूंगी कुछ नहीं हुंदा तेरी गल तां ठीक है पर अज मैनूं इन्ना गुस्सा चढ़िया सी ना जी करदा सी ना ताई दी चुन्नी नाल ही उहनूं फाह दे के उहदे पखे नाल ही टांगिया वां अमन नाल हो गई सी तेरी गल फोन ते आहो वीरा फोन ते गल कर ली सी मैं कहंदी चल मां मेरा ता जी लग्या होया कहंदी ऐ मीना मेरा फिकर करया कर लो तन्नू कहया होया ए तू तड़के एवें भइए दे आलणे मंगो मुंह लंगाई बैठी जी दस लो दस एदे च की गल है फिर मावां दे दिल ता भई मावां दे हुंदे आण ती पुत दा फिकर ता हुंदा ही है ओए ओ ता हुंदागा ओथे ओनू किसे चीज दी घाट नहीं हैगी गवर्नमेंट ही काम आ सारा ओ
ਆਹੋ ਚਲ ਐਂ ਤਾਂ ਕਹਿੰਦੀ ਸੀ ਕਿ ਸਾਰਾ ਕੁਛ ਟਾਈਮ ਤੇ ਮਿਲਦਾ ਰੋਟੀ ਪਾਣੀ ਮੈਂ ਖਾ ਲੈ ਚਲ ਇੰਨੀ ਨਾ ਮੇਰੀ ਚਿੰਤਾ ਜੀ ਮੁੱਕ ਗਈ ਚਲ ਆ ਤਾਂ ਵਧੀਆ ਹੋ ਗਿਆ ਫਿਕਰ ਦੂਰ ਹੋ ਗਿਆ ਤੇਰਾ ਉਹਦਾ ਤਾਂ ਫਿਕਰ ਹੋ ਗਿਆ ਤੇਰੇ ਵਾਲੀ ਵੇਖ ਲਾ ਉੱਥੇ ਜਾ ਕੇ ਬਹਿ ਗਈ ਜਦੋਂ ਪਤਾ ਸੀਗਾ ਵੀ ਅਮਨ ਨੇ ਜਾਣਾ ਉਹ ਸਾਰਾ ਦਿਨ ਇੱਥੇ ਮੇਰੇ ਸਰਾਣੇ ਹਿਣਕੀ ਉਹ ਹੁਣ ਮਾਂ ਕੋਲੇ ਬਹਿ ਗਈ ਜਾ ਕੇ ਉਹ ਤੜਕੇ ਮੇਰੀ ਹੋਈ ਸੀ ਭੈਣੇ ਫੋਨ ਤੇ ਗੱਲ ਗਾਲਾਂ ਦਿੱਤੀਆਂ ਸੀ ਮੈਂ ਤੜਕੇ ਨੂੰ ਮੈਂ ਕਿਹਾ ਅਮਨ ਤੁਰ ਗਈ ਤੂੰ ਵੀ ਇੱਥੇ ਜਾ ਕੇ ਬਹਿ ਗਈ ਮੁੜ ਕੇ ਤੂੰ ਆ ਜਾ ਇੱਥੇ ਭੈਣ ਬੋਲੀ ਜਾਂਦੀ ਆ ਉਹ ਅੰਗਦ ਦੇ ਅਮਰੀਨ ਰੋਣ ਲੱਗ ਗਏ ਡੁੱਸ ਡੁੱਸੀ ਲੱਗ ਗਏ ਕਰਨ ਉਹਦਾ ਕਰਕੇ ਰਹਿ ਪਈ ਅੱਜ ਤੜਕੇ ਉੱਠੀ ਬੁੜੀ ਬਿਮਾਰ ਹੋ ਗਈ ਹੁਣ ਉਹਨੂੰ ਦਵਾਈ ਦਵੂਈ ਦਵਾ ਕੇ ਫੇਰ ਆਊਗੀ ਉਹ ਬਹਾਨੇ ਤਾਂ ਕਿੰਨੇ ਮਰਜ਼ੀ ਬਣਾਈ ਚੱਲੋ ਹੁਣ ਬੁੜੀ ਨੂੰ ਤਈਆ ਚੜ ਕੇ ਆਊਗਾ ਫਿਰ ਉਹਨੂੰ ਕਹਣਾ ਇੱਥੇ ਰਹਿ ਉਰੇ ਆਉਣ ਦੀ ਲੋੜ ਨਹੀਂ ਉਹ ਬੁਖਾਰ ਚੜ ਜਾਂਦਾ ਹੁਣ ਮੌਸਮ ਜਿਹਾ ਬਦਲਦਾ ਨਾ ਆਹ ਪੱਛੋਂ ਜੀ ਚੱਲਦੀ ਇਹਦਾ ਕਰਕੇ ਹੋ ਜਾਂਦਾ ਬੜਾ ਆਹੋ ਉਹੀ ਹੈ ਜਦੋਂ ਕੋਈ ਇੱਥੇ ਦੋ ਦਿਨ ਕੰਮ ਦਾ ਟਾਈਮ ਦਾ ਉਹਨੂੰ ਆਏ ਸੀ ਵੀ ਅਮਨ ਨੇ ਜਾਣਾ ਕੋਈ ਚਾਰ ਭੈਣ ਭਾਈ ਮਿਲਣ ਗਿਲਣ ਆ ਜਾਂਦੇ ਆ ਰੋਟੀ ਟੁੱਕ ਕਰਨਾ ਪਊ ਉਹਦੇ ਟੜਕੇ ਉੱਥੇ ਬਹਿ ਗਈ ਉਹ ਨਹੀਂ ਲੈ ਉਹ ਆ ਦਿਓ ਜਨ ਮੰਗੂ ਦੀ ਪ੍ਰਗਟ ਉਹ ਹੋ ਗਈ ਉਹ ਆ ਗਈ ਲੈ ਹੁਣ ਮਾਂ ਨੇ ਰੱਖੀ ਨਹੀਂ ਹੋਈ ਜਾ ਗਾਲਾਂ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਮੈਨੂੰ ਤੇਰਾ ਹੁਣ ਇਹਨੇ ਦੱਸਤਾ ਹੋਊਗਾ ਤੈਨੂੰ ਵੀ ਅਮਨ ਬਾਗੀ ਆ ਜਾ ਭੈਣ ਕੱਲੀ ਬਜਾਰੀ ਤੜਕੇ ਔਖੀ ਹੁੰਦੀ ਆ ਕਹਾ ਉਹ ਹਰਜੀਤ ਦੇ ਘਰੋਂ ਕੁੜੀ ਉਹ ਸਾਰਾ ਦਿਨ ਲਾਲ ਸੁਰਖ ਹੋਈ ਰਹਿੰਦੀ ਹੈ ਤਾਂ ਉਹਨੂੰ ਡਰਦੀ ਕਹਿੰਦੀ ਨੀ ਵੀ ਉਹ ਨਾ ਕਿਤੇ ਗੱਲ ਪੈ ਜਾਏ ਉਹ ਲੜਾਈ ਦਾ ਗੱਡਾ ਉਹ ਬਣੀ ਪਈ ਇੱਥੇ ਚੱਲ ਕੋਈ ਨਾ ਫਿਰ ਹੁਣ ਮੈਂ ਆ ਗਈ ਹੁਣ ਉਹਨੂੰ ਕੀ ਕਹਿਣਾ ਮੈਂ ਆਪੇ ਕਰ ਲਿਆ ਕਰੂੰਗੀ ਨਾਲੇ ਅੱਗੇ ਕੀ ਭੈਣ ਹੀ ਕਰਦੀ ਸੀਗੀ ਲੜੀ ਜਾਣੋ ਯਾਰ ਤੂੰ ਚਾਹ ਪਾਣੀ ਬਣਾ ਦੇ ਘੁੱਟ ਨਾਲੇ ਭੈਣ ਪੀ ਲੂ ਨਾਲੇ ਮੈਂ ਪੀ ਲੂੰਗਾ ਚਾਹ ਪਾਣੀ ਆਪੇ ਬਣਾ ਲਾ ਪੀ ਲਾ ਰੋਟੀ ਟੁੱਕ ਟਾਈਮ ਨਾਲ ਬਣਾ ਲਈ ਘਰੋਂ ਨਿਕਲਦੀ ਹੋਈ ਘਰੋਂ ਵੜਦੀ ਹੋਈ ਮੈਨੂੰ ਪਤਾ ਇੱਥੇ ਨੂੰ ਆਏਗਾ ਭੈਣ ਕਿਤੇ ਜਾਣ ਨੀ ਦਿੰਦੀ ਇੱਕ ਥਾਂ ਬੈਠੀ ਰਹਿਣੀ ਆ ਚੱਲ ਕੋਈ ਨਾ ਭੈਣ ਹੁਣ ਤੂੰ ਵੀ ਚੁੱਪ ਕਰ ਜਾ ਕਰ ਕਿਸੇ ਵੇਲੇ ਤੂੰ ਸਾਰਾ ਦਿਨ ਲਾਊਡ ਸਪੀਕਰ ਮੰਗੂ ਚੱਲਦੇ ਰਹਿਣੇ ਨਾ ਤੇਰੀ ਕੋਈ ਸੋਚ ਥਿਆਉਂਦੀ ਆ ਵੀ ਕਿਤੋਂ ਬੰਦਾ ਬੰਦ ਹੀ ਕਰਦੇ ਤੂੰ ਵੀ ਬਿਨਾ ਮੇਰੀ ਗੱਲ ਸੁਣ ਲਾ ਜਾਲੇ ਹੁਣ ਤੇਰੀ ਜਵਾਨ ਚੱਲਣ ਲੱਗ ਗਈ ਕੈਂਚੀ ਵਾਂਗੂ ਹੁਣ ਤੂੰ ਠੀਕ ਠਾਕ ਹੈ ਤੂੰ ਆਦੇ ਘਰੇ ਜਾ ਮੈਂ ਤਾਂ ਵਗ ਜੂਗਾ ਜਵਾਨ ਵੀ ਤੇਰੇ ਕਰਕੇ ਚੱਲਣ ਲੱਗੇ ਜੇ ਤੂੰ ਨਾ ਹੁੰਦੀ ਮਰ ਜਾਂਦਾ ਹੈ ਜਵਾਨ ਰੁਕ ਜਾਂਦੀ ਫਿਰ ਰੋਈ ਜਾਂਦੀ ਇੱਥੇ ਬੈਠੀ ਆਹੋ ਬਸ ਆ ਮਿੱਠੀਆਂ ਬੋਲੀਆਂ ਦੇਣੀਆਂ ਮਗਰੋਂ ਬੈਣ ਦੀ ਪੌਦੀ ਮਰ ਗਿਆ ਸੋ ਆਏ ਵੇ ਮੇਰੇ ਪਿਓ ਪਿਓ ਦੇ ਜਾਇਆ ਜੇ ਕਰਦੀ ਫਿਰ ਚੰਗੀ ਲੱਗਦੀ ਤੂੰ ਗੱਲਾਂ ਦੇ ਕੀ ਕਰਦੀ ਮੈਂ ਥਾਪੜਾ ਮਰੂੰਗਾ ਜਾਂ ਕੁਛ ਬੋਲਦਾ ਹੈਗਾ ਕੋਈ ਚੱਜ ਦੀ ਗੱਲ ਬੋਲ ਲਿਆ ਕਰ ਚਲ ਚੰਗਾ ਤੂੰ ਤਾਂ ਲੜਦੇ ਹੋਏ ਮੈਂ ਬਾਹਰ ਘੁੰਮ ਕੇ ਆਉਂਦਾ ਜਾ ਪਾ ਗਿਆ ਕਦੇ ਟੀਵੀ ਘੁੰਮਣ ਵਾ ਗਿਆ ਜੀ ਕਦੇ ਤੂੰ ਘੁੰਮਣ ਵਾ ਗਿਆ ਹੋਰ ਤਾਂ ਕੋਈ ਕੰਮ ਨਹੀਂ ਤੁਹਾਨੂੰ ਵਿਹਲੜ ਚੰਗਾ ਬਾਈ ਮੈਂ ਤਾਂ ਅੱਜ ਜਾਂਦੀ ਹਾਂ ਤੈਨੂੰ ਪਤਾ ਮੈਂ ਆਪਦਾ ਘਰ ਬਾਰ ਵੀ ਦੇਖਣਾ ਮਗਰ ਗੌਰ ਰੱਖਿਓ ਨਾਲੇ ਦੇਖ ਲੈ ਰਾਤ ਰਾਜ ਨੇ ਭੋਰਾ ਦਾਰੂ ਨਹੀਂ ਪੀਤੀ ਤੁਸੀਂ ਉਹਨੂੰ ਭੱਜ ਭੱਜ ਬਾਈ ਨੂੰ ਝਿੜਕਦੇ ਹੋ ਤਾਂ ਪੀਂਦਾ ਚੱਲ ਬਾਈ ਤਿਆਰ ਰੱਖਾਂਗੇ ਨਾ ਝਿੜਕਾਂਗੇ ਸਿਆਣਾ ਬੈਣਾ ਹੁਣ ਝਿੜਕੇ ਤੋਂ ਤਾਂ ਕਿੱਥੇ ਲੋਟ ਆਉਂਦਾ ਮੈਂ ਤਾਂ ਕਹਿੰਦਾ ਸੀ ਤੂੰ ਦੋ ਦਿਨ ਹੋਰ ਰਹਿੰਦੀ ਵਧੀਆ ਰੌਣਕ ਜੀ ਲੱਗ ਰਹੀ ਸੀ ਤੇਰੇ ਨਾਲ ਲੈ ਦੱਸ ਤੂੰ ਤਾਂ ਕਹਿੰਦਾ ਦੋ ਚਾਰ ਦਿਨ ਹੋਰ ਰਹਿ ਜਾਂਦੀ ਉਹ ਖਾਨੀ ਅੰਦਰੋਂ ਕਿੰਨੇ ਕੁ ਨੱਕ ਬੁੱਲ ਕੱਢਦੀ ਹੋਣੀ ਡਰਦੀ ਬੋਲਦੀ ਨਹੀਂ ਤੈਨੂੰ ਪਤਾ ਤਾਂ ਹੈਗਾ ਉਹਦੇ ਮਤੇ ਦਾ ਉਹ ਤੂੰ ਉਹਦਾ ਬਾ ਦਿਲ ਦੀ ਮਾੜੀ ਨਹੀਂ ਹੈਗੀ ਬੋਲਣ ਵਾਲੀ ਹੋਈ ਆ ਜਿਵੇਂ ਤੂੰ ਬੋਲੀ ਜਾਂਦੀ ਉਵੇਂ ਉਹ ਬੋਲੀ ਜਾਂਦੀ ਹੈ ਵੀ ਦਿਲ ਕੀ ਨੇ ਦੇਖਿਆ ਜਵਾਨ ਦੇਖੀ ਹੈ ਵੀ ਬੋਲਦੀ ਹੈ ਨਾਲੇ ਮੇਰੀ ਗੱਲ ਸੁਣ ਜਦੋਂ ਮੁੰਡਾ ਜਾਂਦਾ ਹੁੰਦਾ ਨਾ ਉਹਦੇ ਸਾਹਮਣੇ ਕੰਨੀ ਉਹਨੂੰ ਪੰਜਾ ਛਿੱਕਾ ਦੇ ਕੇ ਤੋਰ ਦਿਆ ਕਰ ਐਵੇਂ ਨਾ ਮੁੱਠੀ ਘੁੱਟਿਆ ਕਰੋ ਅਗਲੇ ਤੋਂ ਆਸ ਨਾ ਰੱਖਿਆ ਕਰੋ ਕੋਈ ਨੀ ਪੈਸੇ ਦੇ ਕੇ ਤੋਰਾਂਗੇ ਨਾਲੇ ਤੂੰ ਐਂ ਕਰੀ ਬਾਈ ਦੁਬਾਰੇ ਤੂੰ ਹੀ ਆ ਜੀ ਜਾਣਾ ਹੋਇਆ ਅਸੀਂ ਜਾਂਦੇ ਉੱਥੇ ਫਿਰ ਪੰਗਾ ਪੈ ਜੂ ਸਾਨੂੰ ਤਾਂ ਦੇਖ ਕੇ ਜਰਦੀਆਂ ਉਹ ਕੋਈ ਨੀ ਮੈਂ ਪੰਜ ਸੱਤ ਦਿਨ ਤੱਕ ਮਾਰੂੰਗੀ ਗੇੜਾ ਹਾਂ ਫਿਰ ਆਪਾਂ ਚੱਲਾਂਗੇ ਨਾਲ ਦੇਖ ਆਵਾਂਗੇ ਕੀ ਹਾਲ ਚਾਲ ਹੈ ਕੀ ਮਾਹੌਲ ਹੈ ਹੁਣ ਉਹਨਾਂ ਦਾ ਹਾਂ ਹਾਂ ਲਿਆ ਚਰਨ ਜੀ ਤੇ ਮੇਰਾ ਬੈਗ ਫੜਾ ਬਾਈ ਮੈਂ ਜਾਵਾਂ ਬਸ ਨਿਕਲ ਜੂ ਮੇਰੀ ਤਾਂ ਕੋਈ ਨਾ ਬੀਬੀ ਨੰਨ ਦੇ ਇਹਨੇ ਬਥੇਰਾ ਵੱਡਾ ਦਿਨ ਖੜਾ ਹੈਗਾ ਫਿਰ ਬਾਗ ਜੀਗਾ ਕੌਣ ਨੂੰ ਦਿਨ ਖੜਾ ਦਿਨ ਤਾਂ ਵਿੰਦ ਚ ਛਿਪ ਜਾਂਦਾ ਮੈਂ ਤਾਂ ਕਹਿੰਦੀ ਸੀ ਹੋਰ ਰਹਿ ਜਾਂਦੀ ਦੋ ਚਾਰ ਦਿਨ ਲੈ ਹੱਦ ਹੋ ਗਈ ਹੈ ਮੈਨੂੰ ਐਂ ਦੱਸ ਪਹਿਲਾਂ ਮੈਨੂੰ ਘਰੇ ਕੰਮ ਨਹੀਂ ਤੂੰ ਉਹਦੀ ਕਹਿੰਦੇ ਦੋ ਚਾਰ ਦਿਨ ਬੈਠੀ ਰਹਿ ਹੁਣ ਮੈਂ ਇੱਥੇ ਕਿੰਨੇ ਕੁ ਦਿਨ ਲਾਊਂਗੀ ਨਾਲੇ ਤਾਂ
ਕਹਿਣ ਹੁੰਦੀ ਆ ਮੇਰੀਆਂ ਨੂੰ ਹਾਂ ਕੰਮ ਕਰਦੀਆਂ ਮੈਂ ਇੱਥੋਂ ਕੁਛ ਕਰਾਉਂਦੀਆਂ ਨਹੀਂ ਨਾਲੇ ਫੇਰ ਭੱਜ ਲੈਂਦੇ ਆ ਉਧਰ ਫੇਰ ਜਾ ਕੇ ਜਾਇਆ ਮੰਮੂ ਸਿਆਣੇ ਬੰਦੇ ਨੂੰ ਪੁੱਛਾ ਲਿਆ ਇਹਨਾਂ ਨਹੀਂ ਸਰਦਾ ਹੁੰਦਾ ਚਾਹੇ ਕਿੰਨੇ ਕਰੀ ਜਾਣ ਉਹ ਕੰਮ ਲੈ ਫੇਰ ਤੂੰ ਨਿਕਲਦੀ ਆ ਬੱਚਾ ਮੈਨੂੰ ਕਹਿ ਦਿੰਦੀ ਮੈਨੂੰ ਤਾਂ ਦੋਸ਼ ਦੇ ਦਿੰਦੀ ਆ ਲੈ ਓਹੋ ਤੂੰ ਨਹੀਂ ਨਿਕਲਦੀ ਵਿੱਚੋਂ ਨਹੀਂ ਫੇਰ ਉਹੀ ਗੱਲ ਮੇਰਾ ਤਾਂ ਬਥੇਰਾ ਜੀ ਕਰਦਾ ਹੈ ਵੀ ਮੈਂ ਇੱਥੇ ਹੀ ਰਹਾ ਕਹਿੰਦੇ ਮੱਝ ਛੱਪੜ ਜੋ ਦੀਵੀ ਬੇਕਾ ਜੋ ਨਿਕਲ ਨੂੰ ਕਦੇ ਜੀ ਕਰਦਾ ਹੁੰਦਾ ਪਰ ਫੇਰ ਹੁਣ ਜਾਣਾ ਪਊਗਾ ਕਰਾਂਗੀ ਇਹ ਤਾਂ ਤੇਰੀ ਗੱਲ ਸੱਚੀ ਹੈ ਜਾਣਾ ਤਾਂ ਪਊਗਾ ਚੱਲ ਸ਼ਾਬਾਸ਼ ਤੇਰੇ ਜਿਹੜੇ ਚਾਰ ਦਿਨ ਲਾ ਗਈ ਤੇ ਹੁਣ ਤੂੰ ਗੇੜਾ ਮਾਰਦੀ ਨਹੀਂ ਮੈਂ ਤੈਨੂੰ ਮੈਂ ਆਉਂਗੀ ਹੁਣ 10-12 ਦਿਨਾਂ ਤੱਕ ਚੰਗਾ ਹੈ ਆਪਾਂ ਜਾ ਆਵਾਂਗੇ ਫਿਰ ਨਾਲੇ ਐਵੇਂ ਨਾ ਮਗਰ ਉਹੀ ਗੱਲ ਹੈ ਕਿ ਮੁੰਡੇ ਨੂੰ ਤੰਗ ਕਰੀ ਜਾਇਓ ਨਾਲੇ ਮੁੰਡੇ ਨੂੰ ਪਿਆਰ ਨਾਲ ਰੱਖਿਓ ਹੁਣ ਉਹ ਬਹੁਤ ਸੁਧਰ ਗਏ ਨਾ ਕੋਈ ਨਾ ਹੈ ਬਥੇਰਾ ਪਿਆਰ ਨਾਲ ਹੀ ਸਮਝਾਉਂਦੇ ਆ ਬੀਬੀ ਪਰ ਕੀ ਕਰੀਏ ਜਦੋਂ ਫਿਰ ਨਹੀਂ ਸੋਧਦਾ ਸੀ ਫੇਰ ਥੋੜਾ ਜਿਹਾ ਘੂਰਨਾ ਵੀ ਪੈਂਦਾ ਸੀ ਪਰ ਹੁਣ ਘੂਰਿਆ ਉਹ ਲੋਟ ਆਉਂਦਾ ਨਹੀਂ ਘੂਰਨਾ ਤਾਂ ਪੈਂਦਾ ਦੂਣਾ ਵਿਗੜਦਾ ਹੈ ਤੈਨੂੰ ਪਤਾ ਹੀ ਹੈ ਫਿਰ ਉਹ ਦੂਣਾ ਵਿਗੜਦਾ ਉਹੀ ਤਾਂ ਗੱਲ ਹੈ ਨਾ ਹੁਣ ਨਹੀਂ ਕੁਛ ਨਹੀਂ ਕਹਿੰਦੇ ਹਾਂਗੇ ਪਿਆਰ ਨਾਲ ਹੀ ਸਮਝਾ ਕੇ ਰੱਖਾਂਗੇ ਪਰ ਜੇ ਤੂੰ ਆਵੇਂਗੀ ਤੇਰੇ ਆਈ ਤਾਂ ਅਸੀਂ ਵੀ ਜਾ ਆਵਾਂਗੇ ਨਾਲ ਤੇ ਮੁੰਡਾ ਤਾਂ ਦੇਖੋ ਜੇ ਤਾਂ ਇਕੱਲਾ ਜਾਊਗਾ ਤਾਂ ਠੀਕ ਹੈ ਨਹੀਂ ਭੂ ਆਪਣੀ ਜਾ ਫੇਰ ਜੇ ਵਗ ਜੂ ਤਾਂ ਰੋਕਿਓ ਨਾ ਹੈ ਨਹੀਂ ਫਿਰ ਮੈਂ ਆਉਂਦੀ ਜੇ ਮੇਰੇ ਨਾਲ ਜਾਣਾ ਹੁਣ ਮੇਰੇ ਨਾਲ ਵਗ ਜੂਗਾ ਨਹੀਂ ਆਪਾਂ ਕੋਈ ਗੱਲਬਾਤ ਕਰਕੇ ਫਿਰ ਦੇਖ ਲਾਂਗੇ ਕਿਵੇਂ ਕੋਈ ਗੱਲ ਬਣਦੀ ਹੈ ਕਿਉਂ ਬਾਈ ਲੈ ਚੱਲ ਭਾਈ ਤੂੰ ਰਹਿਦੀ ਤਾਂ ਹੈ ਨਹੀਂ ਫਿਰ ਕਬੇੜਾ ਨਾ ਕਰ ਆਇਆ ਨਾਲ ਤਾਂ ਤੈਨੂੰ ਮੈਂ ਜਾਂਦਾ ਤਾਂ ਚੜਾ ਦੂੰ ਤੁਹਾਡੇ ਤੋਂ ਠੀਕ ਹੈ ਨਾਲੇ ਉਹ ਰਾਜ ਕੱਖ ਲੈਣ ਗਿਆ ਉਹ ਕੱਖ ਚਕਾ ਲੈ ਉਹ ਉੱਥੇ ਕੱਲਾ ਖਪੀ ਜਾਂਦਾ ਹੋਊਗਾ ਚੱਲ ਬਾਈ ਫਿਰ ਚੱਲੀਏ ਬਸ ਨਿਕਲ ਜੂ ਮੇਰੀ ਚੰਗਾ ਬੋਲਿਆ ਚੱਲਿਆ ਮਾਫ ਕਰੀ ਤੈਨੂੰ ਪਤਾ ਹੀ ਹੈ ਮੇਰੀ ਤਾਂ ਆਦਤ ਹੈ ਬੋਲਣ ਦੀ ਕੋਈ ਨਾ ਮੈਂ ਨਹੀਂ ਗੋਲਦੀ ਹਾਂਗੀ ਨਾ ਦੱਸਾਂ ਆਪਦਾ ਜੀ ਦਿਖਾਇਆ ਕਰਦੇ ਨੇ ਕੋਈ ਨਾ ਇੱਧਰ ਦੀ ਪਾ ਲਈ ਇੱਧਰ ਦੀ ਕੱਢਤੀ ਅੱਜ ਨੂੰ ਤਾਂ ਮੈਂ ਕਿੱਦਾਂ ਦੀ ਮਰ ਜਾਂਦੀ ਜੇ ਮੈਂ ਹਾਂ ਗੁੱਸੇ ਕਰਨ ਵਾਲੀ ਹੁੰਦੀ ਡੰਡੇ ਨਾਲ ਸਿੱਧੀ ਹੁੰਦੀ ਤੂੰ ਕੀ ਅਸਰ ਕਰਦੀ ਕਿਸੇ ਗੱਲ ਦਾ ਬਣ ਜਾ ਮੰਗ ਦਿੱਤਾ ਇਹ ਤੀਜੇ ਦੇ ਨਾਲ ਘਰ ਚੱਕ ਕੇ ਇੱਥੇ ਚੰਤਰ ਕਰ ਆਰਾਮਦਾਰੀ ਆ ਜੂਗੀ ਅੱਧੀ ਰਾਤ ਤੇ ਸੌਣ ਦਿੰਦੀ ਸੀ ਹਾਂ ਇੱਥੋਂ ਦੇ ਦੱਬ ਜੀ ਤੇ ਰੋ ਹਾਂ ਹਾਂ ਇੱਥੇ ਆਉਂਦਾ ਆਰਾਮ ਹੋ ਸ਼ੇਰਾ ਆਹੀ ਸੇਵਾ ਤੇਰੀ ਦੇਖ ਕੇ ਨਾ ਤਾਂ ਹੀ ਦਿਲ ਕਰਦਾ ਵੀ ਤੇਰੇ 12-24 ਬਣਾ ਦਿਆਂ ਉਹ ਸ਼ੇਰਾ ਹੋਰ ਬਾਪੂ ਉਹ ਕੱਲ੍ਹ ਬਸ ਤੂੰ ਮੈਂ ਤੈਨੂੰ ਕਿਹਾ ਸੀ ਮੈਂ ਖਾਲ ਘੱਟ ਦੂੰ ਤੂੰ ਹਟੀ ਨਹੀਂ ਗਾ ਉਹ ਮੈਨੂੰ ਆਇਆ ਜੀ ਮੇਰਾ ਪੁੱਤ ਇਕੱਲਾ ਔਖਾ ਹੋ ਜਾਂਦਾ ਤਾਂ ਲੱਗਣਾ ਪੈ ਗਿਆ ਮੈਨੂੰ ਨਾਲ ਤਾਂ ਹੀ ਇੱਕ ਰਾਤ ਕੰਸ ਜੀ ਹੋ ਗਈ ਜ਼ੋਰ ਬਾਹਲਾ ਲੱਗ ਗਿਆ ਕੱਲ੍ਹ ਕਰਦੇ ਤਾਂ ਦੇਖ ਲੈ ਕੀ ਹੈ ਐ ਨੀ 12-24 ਕਿੱਲੇ ਬਣਨ ਲੱਗੇ ਤੁਹਾਡੇ ਬੈਠਿਆਂ ਦੇ ਮੈਂ ਸੈਨ ਕਰਾਉਣੇ ਹੋਏ ਤੂੰ ਐ ਧਿਆਨ ਰੱਖੀ ਵੀ ਉਹ ਘਰੇ ਕਦੋਂ ਨੀ ਹੁੰਦੇ ਕਦੋਂ ਮਾਮਾ ਤੇ ਮਾਮੀ ਉਹਦੇ ਬਸ ਆਹੀ ਕੁਛ ਧਿਆਨ ਨੀ ਰੱਖਦੇ ਮਰ ਜਾਗੇ ਸਹਿਣ ਨੀ ਹੁੰਦੇ ਆਪਦਾ ਸਪੀਕਰ ਬੰਦ ਕਰ ਲਾ ਕਿਤੇ ਉਹੀ ਨਾ ਸਹਿਣ ਹੋ ਜਾਣ ਬਣਾ ਗੱਲ ਤੋਂ ਬੋਲਦੇ ਕਿੰਨਾ ਉੱਚਾ ਐ ਤੂੰ ਉਹੀ ਸੁਣਵਾ ਦੇਂਗੇ ਉਹਨਾਂ ਨੂੰ ਫਿਰ ਹੋਰ ਮੈਂ ਕੀ ਕਰਾਂ ਆਪ ਤਾਂ ਕੁਛ ਕਰਦੇ ਨਹੀਂ ਹੈਗੇ ਆਪ ਤੂੰ ਬਾਹਰੋਂ ਲੰਘ ਜਾਣਾ ਬਾਪੂ ਪੈ ਜਾਂਦਾ ਉਰੇ ਤੇ ਹੋਰ ਕਰਦੇ ਨਹੀਂ ਜਿਹੜਾ ਖੇਤ ਪਾਣੀ ਕੰਮ ਕਰਕੇ ਉਹ ਕੌਣ ਕਰਦਾ ਗਾ ਉਹ ਤੇਰਾ ਪਿਓ ਹੈ ਕਰਕੇ ਦਾਗਾ ਮੇਰੇ ਪਿਓ ਤੇ ਨਾ ਜਾ ਮੈਂ ਤੈਨੂੰ ਦੱਸਦਾ ਚੱਲ ਪੁੱਤ ਚੁੱਪ ਕਰ ਬਾਲੀ ਤੱਤੀ ਖੀਰ ਨਾਲ ਮੂੰਹ ਮੱਚਦਾ ਹੁੰਦਾ ਗਾ ਹਜੇ ਖੜ ਜਾ ਮੈਂ ਦੱਸੂੰ ਜਦੋਂ ਸਾਈਨ ਕਰਾਉਣੇ ਹੋਏ ਬਾਪੂ ਜੀ ਤੁਹਾਡੇ ਤੋਂ ਕੁਛ ਨਹੀਂ ਹੋਣਾ ਮੈਂ ਤਾਂ ਤੁਹਾਨੂੰ ਕਿਹਾ ਮੈਨੂੰ ਕਾਗਜ਼ ਫੜਾਓ ਮੈਂ ਅੱਜ ਹੀ ਸਾਈਨ ਕਰਾ ਦਾਂ ਤੂੰ ਮੇਰੀ ਗੱਲ ਸੁਣ ਨਿਗਾਹ ਰੱਖਿਆ ਕਰ ਜਦੋਂ ਤਾਈ ਕੱਲੀ ਹੋਈ ਮੈਂ ਆਪੇ ਸਾਈਨ ਕਰਵਾ ਦੂੰ ਤੂੰ ਬੇਫਿਕਰ ਹੋ ਜਾ ਤਾਈ ਕੱਲੀ ਐ ਮਾਮਾ ਤੇ ਮਾਮੀ ਨੂੰ ਕੌਣ ਪੁੱਛਦਾ ਐ ਪਹਿਲਾਂ ਇਹ ਦੱਸ ਮੈਨੂੰ ਪੁੱਛਦਾ ਕਿਉਂ ਨਹੀਂ ਬਿੜਕ ਸਾਰੀ ਐ ਕਿ ਮਾਮਾ ਕਾਮਲਾ ਨਹੀਂ ਇਕੱਲਾ ਟੇਡਾ ਜੀ ਹੋਇਆਗਾ ਦਿਮਾਗ ਤੋਂ ਤਾਂ ਹੈਗਾਗਾ ਪੁੱਤ ਇੱਕ ਤਾਂ ਹੌਲੀ ਬੋਲਿਆ ਕਰ ਤੇਰੀ ਤਾਈ ਦੇ ਕੰਨ ਨਾ ਮੋਰਨੀ ਵਰਗੇ ਆ ਤੈਨੂੰ ਇੰਨਾ ਪਤਾਗਾ ਸਾਰਾ ਕੁਝ ਸੁਣ ਲਿਆ ਨਾ ਉਹਨੇ ਘਰੇ ਨਹੀਂ ਵੜਨ ਦੇਣਾ ਮੁੜ ਕੇ ਤੁਹਾਨੂੰ ਆਹੀ ਤਾਂ ਸਿਆਪਾ ਸਾਰੀ ਉਮਰ ਦਾ ਜਦੋਂ ਕਿਤੇ ਸਹਿਨ ਹੋ ਗਏ ਨਾ ਉਦਣ ਦੇਖੇ ਉਹਨਾਂ ਦੇ ਘਰ ਪੈਰ ਵੀ ਨਹੀਂ ਪਾਉਂਦੀ ਮੈਂ ਤਾਂ ਫਿਰ ਉਹ ਲੈਣ ਕੀ ਜਾਣਾ ਉਹਨਾਂ ਦੇ ਘਰੇ ਮੱਕੀ ਲੈ ਜਾਣਾ ਆਪਾਂ ਜਿਹੜੇ ਕੰਮ ਜਾਣਾ ਉਹ ਕੰਮ ਜਾਣਾ ਉਸ ਤੋਂ ਬਾਅਦ ਤੈਨੂੰ ਦੱਸ ਕੀ ਕਰਨਾ ਸਹਿਨ ਹੋ ਤਾਂ ਜਾਣ ਤੂੰ ਉਹਨਾਂ ਦੇ ਘਰੇ ਪੈਰ ਕੀ ਮੈਂ ਤੈਨੂੰ ਆਪਦੇ ਘਰੇ ਵੀ ਨਹੀਂ ਪੈਰ ਪਾਉਣ ਦਾ ਦੂਜਾ ਵਿਆਹ ਕਰਾਉਂਗਾ ਇਹ ਵੀ ਇਹ ਦੇਖ ਲੈ ਕਿਹੋ ਜਿਹਾ ਬੰਦਾ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਓਏ ਮਜ਼ਾਕ ਕਰਦਾ ਪੁੱਤ ਤੈਨੂੰ ਐਵੇਂ ਨਾ ਘਬਰਾ ਕੋਈ ਨਹੀਂ ਫਿਰ ਜੇ ਤੂੰ ਦੂਜਾ ਵਿਆਹ ਕਰਾਏਂਗਾ ਮੈਂ ਤੀਜਾ ਵਿਆਹ ਕਰਾ ਕੇ ਦਿਖਾਉਂ ਤੈਨੂੰ ਮੈਨੂੰ ਕੀ 3-6 ਚਾਹੇ 10 ਵਿਆਹ ਕਰਾ ਲਾ ਮੇਲੇ 'ਚ ਕੌਣ ਪੁੱਛਦਾ ਮਰੂਦਾਂ ਨੂੰ ਤੇਰੇ ਨਾਲ ਤਾਂ ਕੋਈ ਕਰਾਈ ਖੜਾ ਵਿਆਹ ਦੇਖ ਲੈ ਹੁਣ ਆਪਦੀ ਵਾਰੀ ਕਿਵੇਂ ਮੱਚਦਾ ਜੇ ਤੇਰੇ 12 ਕਿੱਲੇ ਨੇ ਨਾ ਤਾਂ 6 ਦੀ ਹੱਕਦਾਰ ਆ ਮੈਂ ਤੇ ਜੇ ਤੇਰੇ 24 ਨੇ ਤਾਂ 12 ਦੀ ਹੱਕਦਾਰ ਆ ਮੈਂ ਐ ਨਾ ਸੋਚੀ ਕਿਤੇ ਐਂ ਚੱਲ ਜੂੰਗੀ ਟਿਕ ਜੋ ਓਏ ਮੈਂ ਦੁਨਾਂ ਨੂੰ ਸਲਾਮੀਆਂ ਪਾਈ ਖੜਾਂਗਾ ਜਾਂ ਤੂੰ ਜਾ ਪੁੱਤ ਉਧਰ ਦੇਖ ਜਾ ਕੇ ਤੇਰੀ ਤਾਈ ਦਾ ਕੀ ਹਾਲ ਚਾਲ ਹੈਗਾ ਬਾਪੂ ਜੀ ਤੁਸੀਂ ਚੁੱਪ ਕਰ ਜਾਓ ਅੱਜ ਨੂੰ ਮੈਂ ਦੱਸ ਹੀ ਦਵਾਂ ਪਤਾ ਜੇ ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤਾਂ ਮੇਰਾ ਨਾਂ ਵੀ ਡਿੰਪਲ ਨਹੀਂ ਦੇਖੀ ਸਹੀ ਤੂੰ ਓਏ ਜਾਣਦਾ ਤੇਰੇ ਨਾਲ ਕਮਾਲ ਕਰਦਾ ਮੈਂ ਤਾਂ ਪਤਾ ਨਹੀਂ ਕਿਵੇਂ ਕੱਟੀ ਜਾਂਦਾ ਹੈਗਾ ਤੇ ਉਹਦਾ ਘਰ ਦੇ ਤੈਨੂੰ ਉਹ ਗੱਲ ਪਛਾਣ ਤੇਰੇ ਮਾਂ ਪਿਓ ਮੇਰੇ ਤੇ ਤਰਨ ਕੋਈ ਘੱਟ ਕੋਈ ਨਹੀਂ ਹੈਗਾ ਜਾਓ ਜਾ ਪੁੱਤ ਜਾ ਤੂੰ ਸੰਭਰ ਲੈ ਸਾਰਾ ਦਿਨ ਕਿਤੇ ਲਾਲ ਰੰਗ ਦਾ ਪਤਾ ਨਹੀਂ ਕੀ ਚਾਗਾ ਚੁੰਨੀ ਚਾ ਛਾਂਪਾਈਆਂ ਪਤਾ ਨਹੀਂ ਕਿੱਥੋਂ ਲੈਨੇ ਲਾਲ ਰੰਗ ਦੀਆਂ ਉਹ ਟਿਕ ਜਾ ਕਰ ਉਹ ਤੂੰ ਵੀ ਟਿਕ ਜਾ ਕਰ ਦੇਖ ਲਿਆ ਕਰ ਬੰਦੇ ਦੀ ਮੱਤ ਕਹੇ ਜੀ ਮੂਰੀ ਉਹ ਹੈ ਜਾ ਹੋ ਜਾ ਕਰ ਓਏ ਚੱਲ ਉਹ ਨਰਮਾ ਕਿਹੜਾ ਗੁੱਸਾ ਕਰਦੀ ਆ
ਚੱਲ ਹੁਣ ਮੰਡਾ ਲੱਤਾਂ ਕਿ ਸਰ ਜੂਗਾ ਬਸ ਦੱਬ ਦੀਆਂ ਲੱਤਾਂ ਤਾਂ ਹੁਣ ਤੂੰ ਕੰਮ ਕਰ ਲੈ ਚੱਲ ਮੈਂ ਪ੍ਰਿਆਉਣਾ ਗਾ ਕੇ ਤੇ ਇਹਦਾ ਐਵੇਂ ਮਾੜੇ ਨਾਲ ਇਹ ਵੀ ਗੁੱਸੇ ਹੋ ਜਾਂਦੇ ਨਹੀਂ ਪਤਾ ਤਾਈ ਕਿਹੜੇ ਜਾ ਕੇ ਸਾਰਾ ਕੁਝ ਦੱਸਿਆ ਵੀ ਬਾਪੂ ਹਾਂ ਕੀ ਆਂਦਾ ਸੀ ਤੂੰ ਉਹ ਮੈਂ ਤਾਂ ਕੀ ਕਹਿਣਾ ਯਾਰ ਉਹ ਤੇਰੀ ਭੂਆ ਗਈ ਹੈਗੀ ਉਹਨੂੰ ਚੜਾ ਕੇ ਅੱਡੇ ਤੇ ਅੱਛਾ ਹਾਂ ਮੈਂ ਆਖਿਆ ਚੱਲ ਕੱਖ ਵੱਢੀ ਜਾਂਦਾ ਉਹਨੂੰ ਕੱਖ ਚੁਕਾ ਲਿਆ ਮਾਂ ਚੱਲ ਇਹ ਤਾਂ ਵਧੀਆ ਕੀਤਾ ਮੈਂ ਤਾਂ ਐਂ ਕਹਿੰਦਾ ਸੀ ਯਾਰ ਮੇਰਾ ਤਾਂ ਨਾ ਮਨ ਜਿਹਾ ਉਦਾਸ ਹੋਇਆ ਪਿਆ ਕੀ ਗੱਲ ਹੋ ਗਈ ਉਹ ਕਣਕ ਨੂੰ ਪਾਣੀ ਲਾਤਾ ਯਾਰ ਸਾਰੀ ਕਣਕ ਡਿੱਗ ਪਈ ਆਪਣੀ ਤਾਂ ਉਹ ਕੁਛ ਨਹੀਂ ਹੁੰਦਾ ਕੱਚੀ ਆ ਹੋਜੂ ਖੜੀ ਜੀ ਇਹ ਨਾਲੇ ਭਾਈ ਉਦੋਂ ਫਿਰ ਗੌਰ ਤਾਂ ਕਰੀਨ ਡੱਕ ਕੇ ਆ ਕੇ ਮੋਟਰ ਤੇ ਪੈ ਜਾ ਕਰੇ ਖੁੱਲੀ ਚੱਲੀ ਗਈ ਫਿਰ ਪਾਣੀ ਦੇਖ ਕੇ ਲਾਉਣਾ ਸੀ ਵੱਤ ਲਾਉਣਾ ਸੀ ਮਾੜਾ ਜਿਹਾ ਚੱਲ ਕੋਈ ਨਹੀਂ ਬਾਪੂ ਯਾਰ ਹੁਣ ਕੀ ਕਰਾਂ ਮੈਂ ਮੇਰਾ ਤਾਂ ਆਪ ਬਾਹਲਾ ਮਨ ਦੁਖੀ ਸੀਗਾ ਫਿਰ ਹੁਣ ਦੱਸ ਕੀਤਾ ਕੀ ਜਾਵੇ ਦਾਰੂ ਤੋਂ ਬਿਨਾਂ ਕੋਈ ਹੋਰ ਚਾਰਾ ਹੀ ਨਹੀਂ ਸੀਗਾ ਮੇਰਾ ਹੁਣ ਉਹ ਤੂੰ ਮੇਰੀ ਗੱਲ ਸੁਣ ਲੈ ਰਾਜ ਹੁਣ ਉਹ ਗੱਲਾਂ ਨਹੀਂ ਰਹੀਆਂ ਭਰਾਵਾ ਚੱਲ ਤੇਰੀ ਭੂਆ ਵਿੱਚ ਵਿਚਾਲੇ ਪੈ ਕੇ ਮਾੜੀ ਮੋਟੀ ਗੱਲ ਠੱਲ ਗਈ ਜੇ ਕੱਲ੍ਹ ਨੂੰ ਕੋਈ ਉੱਨੀ ਕੀ ਗੱਲ ਹੋ ਗਈ ਤੂੰ ਨਾ ਦਾਰੂ ਪੀਣੋਂ ਹਟਿਆ ਭਾਈ ਮੁੜ ਕੇ ਨਹੀਂ ਉਹ ਮੰਨਣੀ ਆ ਫਿਰ ਤੇਰਾ ਘਰ ਬਰਬਾਦ ਹੋਊਗਾ ਮੇਰਾ ਤਾਂ ਕਹਿਣ ਦਾ ਫਰਜ਼ ਬਣਦਾ ਤੂੰ ਮਾੜਾ ਮੋਟਾ ਸਿਆਣਾ ਬਣ ਯਾਰ ਐਂ ਨਹੀਂ ਲੋਟਾਉਣਾ ਆਪਣਾ ਕੰਮ ਚੱਲ ਕੋਈ ਨਹੀਂ ਬਾਪੂ ਮੇਰੀ ਗੱਲ ਸੁਣ ਲਾ ਦੇਖ ਤੈਨੂੰ ਪਹਿਲਾਂ ਘਰੇ ਵੀ ਕਿਹਾ ਸੀਗਾ ਤੇ ਹੁਣ ਵੀ ਕਹਿੰਦਾ ਹੈਗਾ ਕਦੇ ਮੈਂ ਦਾਰੂ ਹੱਥ ਨਹੀਂ ਲਾਉਂਦਾ ਮੇਰਾ ਤਾਂ ਘਰ ਵਸਜੇ ਇਹੀ ਬਹੁਤ ਹੈ ਮੇਰੇ ਵਾਸਤੇ ਬਾਹਲੀ ਵਧੀਆ ਗੱਲ ਹੈ ਸਾਰੇ ਵਸਦਿਆਂ 'ਚ ਰਹਿ ਜਾਂਗੇ ਭਾਈ ਜੇ ਕੰਮ ਕਰੇ ਆ ਖੇਤ ਨਸ਼ੇ ਪੱਤੇ 'ਤੇ ਆ ਕੇ ਚਾਰ ਲੋਕ ਸਰਾਉਣ ਲੱਗ ਜਾਣਗੇ ਆਪੀ ਉਹਨਾਂ ਕੋਲ ਗੱਲਾਂ ਜਾਣ ਲੱਗ ਜਾਣਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੁੰਡਾ ਸੁਧਰ ਗਿਆ ਆਪੀ ਤੋੜ ਦੂ ਕੁੜੀ ਉਹ ਉਹਨੇ ਘਰੇ ਬਿਠਾ ਕੀ ਕਰਾਉਣਾ ਹੈਗਾ ਚੱਲ ਕੋਈ ਗੱਲ ਨਹੀਂ ਅੱਛਾ ਭੂਆ ਬਾਗੀ ਫਿਰ ਹੈ ਓਏ ਉਹਦੇ ਵੀ ਨਹੀਂ ਸਰਦਾ ਘਰੇ ਹੁਣ ਲਾਣੇ ਦਾ ਕੰਮ ਹੈ ਫਿਰ ਕਬੀਲਦਾਰ ਹੈ ਘਰ ਦੀ ਉਹ ਕਹਿੰਦੀ ਕੋਈ ਨਹੀਂ ਬਾਈ ਮੈਂ ਪੰਜ ਚਾਰ ਦਿਨਾਂ ਬਾਅਦ ਫਿਰ ਮਾਰੂੰ ਗੇੜਾ ਉਸੇ ਨੂੰ ਭੇਜਾਂਗੇ ਦੁਬਾਰੇ ਬਿਜਲੀ ਇੱਕ ਅੱਧੇ ਵਾਰੀ ਤੂੰ ਜਾਏ ਹਾਂ ਚੱਲ ਗੱਲ ਪੱਕੀ ਹੈ ਉਹੀ ਜਾਊਗੀ ਮੇਰੇ ਨਾਲ ਉਹ ਪਤਾ ਕੀ ਗੱਲ ਹੈ ਮਾਂ ਤੋਂ ਡਰਦੀ ਬਾਗੀ ਉਹ ਉਹਨੂੰ ਐਂ ਹੁੰਦਾ ਵੀ ਇਹ ਮੇਰੇ ਨਾਲ ਬੋਲਣੋਂ ਨਹੀਂ ਹਟਦੀ ਹੈਗੀ ਉਹ ਮੇਰੀ ਗੱਲ ਦਾ ਗੁੱਸਾ ਮੰਨ ਭਾਈ ਭਾਵਾਂ ਦੀ ਕੁਛ ਮਰਜ਼ੀ ਕਹਿ ਲਾ ਮੈਨੂੰ ਤਾਂ ਉਹੀ ਕਹਿ ਕੇ ਗਈ ਹੈ ਤੇਰੀ ਭੂਆ ਅੱਡੇ 'ਤੇ ਮੈਨੂੰ ਕਹਿੰਦੀ ਛੇਤੀ ਬਹਿ ਜਾ ਖੇਤ ਮੁੰਡਾ ਜੇ ਝੁਲਸਣ ਲੱਗ ਗਿਆ ਦੁਬਾਰੇ ਕਹਿੰਦੀ ਮੁੜ ਕੇ ਨਹੀਂ ਕੁੜੀ ਆਉਂਦੀ ਫਿਰ ਓਏ ਚੱਲ ਕੋਈ ਗੱਲ ਨਹੀਂ ਹੁਣ ਉਹਨੂੰ ਆਏ ਆ ਕਿਤੇ ਉੱਥੇ ਪਈ ਬੂਈ ਨਾ ਹੋਵੇ ਕਿਤੇ ਉੱਥੇ ਪੀ ਜੇ ਕਾਹਨੂੰ ਪੀਣਾ ਬਾਪੂ ਹੁਣ ਨਹੀਂ ਪੀਂਦਾ ਮੈਂ ਉਹ ਵਧੀਆ ਚੰਗੀ ਗੱਲ ਆ ਸ਼ਾਬਾਸ਼ ਦੇ ਸਿਰਾ ਆ ਜਾ ਫਿਰ ਕੁੱਟ ਕੇ ਪਾ ਦਾਂਗੇ ਪਸੂਨ ਟਾਈਮ ਨਾਲ ਚੱਲ 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 ਆ ਜਾ ਚੱਲ ਬਾਪੂ ਯਾਰ ਤੂੰ ਹੀ ਚਲਾ ਟਰੈਕਟਰ ਹੋਰ ਹੀ ਆ ਜਾਂਦਾ ਨਾ ਫਿਰ ਚੱਲ ਕੋਈ ਗੱਲ ਨਹੀਂ ਬਸ ਲੈ ਮੈਂ ਇੱਥੇ ਬਹਿ ਜਾ ਨਾ ਦਫਾ ਹੋਵੇ ਪਰ ਇਹ ਤਾਂ ਜਦੋਂ ਘਰੇ ਹੁੰਦੇ ਨਾ ਟਿਕਣ ਨੀ ਦਿੰਦੀ ਬਥੇਰਾ ਬੋਲਦੀ ਹੈ ਤੈਨੂੰ ਪਤਾ ਹੀ ਹੈ ਡਿੰਪਲ ਭੈਣ ਦਾ ਤਾਂ ਸੁਭਾਅ ਹੀ ਇਹੋ ਜਿਹਾ ਮੈਨੂੰ ਵੀ ਅੱਜ ਆਉਣ ਸਾਰੀਆਂ ਹੀ ਬੋਲਣ ਲੱਗ ਗਈ ਮੈਨੂੰ ਕਹਿੰਦੀ ਆਹੋ ਉੱਥੇ ਬਹਿ ਜਾਂਦੀ ਮਾਂ ਕੋਲੇ ਮੇਰੀ ਮਾਂ ਬਿਮਾਰ ਸੀਗੀ ਤੇ ਤਾਂ ਕਰਕੇ ਅੱਜ ਮੈਂ ਲੇਟ ਹੋ ਗਈ ਨਹੀਂ ਤਾਂ ਤੜਕੀ ਆ ਜਾਂਦੀ ਮੈਨੂੰ ਕਹਿੰਦੀ ਉੱਥੇ ਬਹਿ ਜਾਂਦੀ ਕੀ ਲੋੜ ਸੀ ਇੱਥੇ ਆਉਣ ਦੀ ਮੇਰੀ ਕੁੜੀ ਨੇ ਕੱਲ੍ਹ ਜਾਣਾ ਸੀ ਕਹਿੰਦੀ ਜਾਣ ਕੇ ਬਾਗੀ ਲੈ ਇਹਨੂੰ ਤਾਂ ਆਪਣਾ ਹੀ ਦੁੱਖ ਦਿਖਦਾ ਦੂਜਿਆਂ ਦਾ ਦੁੱਖ ਥੋੜਾ ਦਿਖਦਾ ਉਹੀ ਤਾਂ ਗੱਲ ਹੈ ਡਿੰਪਲ ਸੁਣ ਨੂੰ ਕਿਹਦਾ ਜੀ ਕਰਦਾ ਦੇਖ ਲੈ ਤੇਰੇ ਮਾਮੇ ਨੂੰ ਦਰੰਗ ਹੋ ਗਿਆ ਉਦਾਂ ਦੇ ਅਸੀਂ ਉਰੇ ਬੈਠਾਂਗੇ ਤਾਂ ਇਹਨਾਂ ਦੀਆਂ ਸੁਣਨੀਆਂ ਪੈਂਦੀਆਂ ਨੇ ਨਹੀਂ ਮੈਂ ਇਹਨਾਂ ਦੀਆਂ ਕਿਤੇ ਸੁਣਦੀਆਂਗੀ ਹਾਂ ਉਹੀ ਤਾਂ ਗੱਲ ਹੈ ਕਿਹਦਾ ਜੀ ਕਰਦਾ ਭਾਈ ਕਿਸੇ ਦੇ ਘਰੇ ਆ ਕੇ ਇੰਨੀਆਂ ਗੱਲਾਂ ਸੁਣਨ ਦਾ ਵਧੀਆ ਮੈਂ ਤਾਂ ਕਹਿੰਦੀ ਤੁਸੀਂ ਨਾਲ ਦੇ ਨਾਲ ਸੁਣਾ ਦਿਆ ਕਰੋ ਕਿਉਂ ਸੁਣਦੇ ਹੁੰਦੇ ਤੁਸੀਂ ਨਹੀਂ ਹੁਣ ਮੁਸੀਬਤ ਪਈ ਪਈ ਆ ਹੁਣ ਕੀ ਸੁਣਾਵਾਂ ਕੋਈ ਨਹੀਂ ਜਿੱਦੇ ਤੇਰਾ ਮਾਮਾ ਠੀਕ ਹੋ ਗਿਆ ਨਾ ਜਾਂਦੀ ਹੋਈ ਸਾਰੀਆਂ ਗੱਲਾਂ ਸੁਣਾ ਕੇ ਜਾਊਂਗੀ ਮੈਂ ਵੀ ਮਤੀ ਹੋਈ ਹੈਗੀ ਤੁਸੀਂ ਮੈਨੂੰ ਦੇਖ ਲਓ ਫਿਰ ਜਿੱਦੇ ਮੈਨੂੰ ਬੋਲਦੀ ਰਹਿੰਦੀ ਮੈਂ ਤਾਂ ਫਿਰ ਚੰਗੀ ਤਰ੍ਹਾਂ ਲੜ ਕੇ ਜਾਣੀ ਹੁੰਦੀ ਆ ਨਹੀਂ ਕੋਈ ਨਾ ਤੂੰ ਤਾਂ ਨੂੰਹ ਹੈ ਹੁਣ ਸੁਣਾ ਵੀ ਸਕਦੀ ਹਾਂ ਹੁਣ ਮੈਂ ਤਾਂ ਫਿਰ ਉਰੇ ਬੋਲਦੀ ਵੀ ਨਹੀਂ ਚੰਗੀ ਲੱਗਦੀ ਹੈਗੀ ਅੱਗੇ ਤਾਂ ਬਥੇਰਾ ਮੇਰੇ ਤੋਂ ਡਰ ਕੇ ਰਹਿੰਦੀ ਹੁੰਦੀ ਸੀ ਆ ਹੁਣੀ ਬਾਹਲਾ ਬੋਲਣ ਲੱਗੀ ਹੈ ਜਿੱਦੇ ਦੇ ਤੇਰਾ ਮਾਮਾ ਦਰੰਗ ਹੋਇਆ ਪਿਆ ਕੋਈ ਨਹੀਂ ਤੁਸੀਂ ਬੋਲ ਦਿਆ ਕਰੋ ਕਿਤੇ ਨਹੀਂ ਕੁਛ ਹੁੰਦਾ ਹੈਗਾ ਕੰਮ ਨਹੀਂ ਕਰਦੇ ਉਹਦੇ ਘਰ ਦਾ ਨਹੀਂ ਕੰਮ ਤਾਂ ਕਰਦੇ ਹਾਂ ਹੁਣ ਪੱਤੇ ਜਦ ਉਰੇ ਰਹਿੰਦੇ ਹਾਂ ਕਰਨਾ ਤਾਂ ਪਊਗਾ ਅੱਗੇ ਤੇਰੇ ਸਾਹਮਣੇ ਦੇ ਲੈ ਮੈਂ ਤੇ ਅਮਨ ਸਾਰਾ ਦਿਨ ਲੱਗਿਆ ਰਹਿੰਦੀਆਂ ਸੀ ਕਹਿੰਦੀ ਆ ਉਹ ਸਾਰਾ ਦਿਨ ਬੈਠੀ ਰਹਿੰਦੀ ਸੀ ਅੱਗੇ ਕੰਮ ਤਾਂ ਮੇਰੀ ਕੁੜੀ ਵੀ ਕਰਦੀ ਸੀਗੀ ਕੱਲ੍ਹ ਬਥੇਰਾ ਕੁਛ ਬੋਲਦੀ ਸੀ ਕਹਿੰਦੀ ਹੁਣ ਜਦੋਂ ਕਹਿੰਦੀ ਹੁਣ ਰਹਿਣ ਦਾ ਟਾਈਮ ਸੀ ਕਹਿੰਦੀ ਹੁਣ ਉੱਧਰ ਨੂੰ ਉੱਜੜ ਗਈ ਆ ਮੇਰਾ ਕਿਹੜਾ ਜੀ ਕਰਦਾ ਦੇਖ ਲੈ ਪੁੱਤ ਜਵਾਕ ਛੱਡਣ ਨੂੰ ਕਿਸੇ ਦਾ ਜੀ ਕਰਦਾ ਉਹਨਾਂ ਦੇ ਪੇਪਰ ਚੱਲੀ ਜਾਂਦੇ ਨੇ ਮੇਰੀ ਮਾਂ ਉੱਥੇ ਬਿਮਾਰ ਹੋਈ ਪਈ ਲੈ ਉੱਥੇ ਜਵਾਕਾਂ ਕੋਲ ਵਿਚਾਰੀ ਉਹ ਬੈਠੀ ਹੈ ਚੁੱਪ ਕਰ ਲੈ ਮੇਰੇ ਇੱਕ ਤੋਂ ਹੁਣ ਚੁੱਪ ਕਰ ਲਈ ਕਰ ਲੈ ਦੁੱਖ ਸੁੱਖ ਕਾਹਨੂੰ ਲੈ ਤਾਈ ਤੇਰੇ ਤਾਂ ਦਿਮਾਗ 'ਚ ਫਿਰ ਉਹੀ ਪੁੱਠੀਆਂ ਹੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਇਹ ਤਾਂ ਪੁੱਛੀ ਜਾਂਦੀ ਸੀ ਕਹਿੰਦੀ ਮਾਮਾ ਠੀਕ ਹੈ ਹੁਣ ਮੈਂ ਕਿਹਾ ਹਾਂ ਠੀਕ ਹੈ ਕਹਿੰਦੀ ਕਦੋਂ ਆ ਗਏ ਸੀ ਮੈਂ ਕਿਹਾ ਅੱਜ ਆਈ ਆ ਮੈਂ ਤਾਂ ਦਬਾਈ ਦੇਖ ਦੇਖ ਕਿੰਨੇ ਚੁਸਤ ਚ ਲਾ ਕੇ ਕਹਿੰਦੇ ਮੈਨੂੰ 15 ਮਿੰਟ ਹੋ ਗਏ ਉੱਥੇ ਬਾਹਰ 'ਚ ਖੜੀ ਨੂੰ ਕੰਨ ਲਾ ਕੇ ਤੁਹਾਡੀ ਗੱਲਾਂ ਹੀ ਸੁਣਦੀ ਸੀ ਲੈ ਫਿਰ ਕੁਛ ਮਾੜਾ ਕਿਹਾ ਹਾਂ ਨਾ ਤੂੰ ਪਿੱਤੀਆਂ ਪੜਾਉਣ ਨੂੰ ਆ ਜਾਇਆ ਕਰ ਇਹ ਤਾਂ ਪਹਿਲੇ ਨਹੀਂ ਮਾਣ ਨਹੀਂ ਭੈਣੇ ਕਿੱਧਰ ਇਹ ਚੁਗਲੀਆਂ ਕਰਦੇ ਕਿਉਂ ਤੇਰੇ ਦਿਮਾਗ 'ਚ ਕੋਈ ਕੀੜਾ ਚੱਲਦਾ ਰਹਿੰਦਾ ਮੈਂ ਸਾਰੀਆਂ ਸੁਣਨੀਆਂ ਵੇਲਾ ਕਰੀ ਕਿ ਮਾਮੀ ਤੂੰ ਉਹਦੀਆਂ ਸੁਣਿਆ ਨਾ ਕਰ ਆਏ ਨਾ ਕਰ
मैं कोई कल दी जवाकड़ी नहीं हैगी, मेरे तौला झट ऊ ही नहीं आ गया भी मैं थोनू ना समझ सका गल्ला मरदी। चल नहीं भाई भाई मैं आपके घर चलती हूं, दो मिनट तेरे घर की है जो तू मैं मारन पैनी है गाला कट दी। मैं तेन सद के लिए फिर मेरे हम आया कर कर मगर मेरे घरे बन की लोड़ नहीं पाई। ਲੈ ਮੈਂ ਤਾਂ ਉਹ ਮਾਮੀ ਦਾ ਹਾਲ ਚਾਲ ਪੁੱਛਣ ਆਈ ਸੀ, ਮੈਂ ਕਿਹਾ ਆ ਗਈ ਹੁਣ ਵਿਚਾਰੀ ਦੇਖ ਕੇ ਆਵਾਂ। ਤੇਰੇ ਕੋਲ ਹੀ ਆਈ ਸੀ ਭੈਣੇ, ਇਹ ਤੁਸੀਂ ਹੈ ਨਹੀਂ ਸੀ ਘਰੇ ਤਾਂ ਮੇਰੇ ਨਾਲ ਗੱਲਾਂ ਲੱਗ ਗਈ। ਮੈਂ ਕਿਹਾ ਬਹਿ ਜਾ ਮੈਂ ਚਾਹ ਬਣਾ। ਮੇਰੇ ਕੋਲ ਖਾਣੂ ਆਈ ਸੀ, ਇਹਨੇ ਮੈਂ ਜਾਂਦੀ ਨੂੰ ਉੱਥੇ ਦੇਖ ਲਿਆ ਸੀ, ਬਾਹਰ 'ਚ ਖੜੀ ਸੀ, ਮੈਨੂੰ ਸਭ ਪਤਾ ਹੈਗਾ। ਉਹਦੀ ਚੱਕਵੇਂ ਪੈ ਰਹੀ ਇੱਧਰ ਨੂੰ ਆ ਗਈ, ਮੈਂ ਉੱਥੇ ਮੋੜ 'ਤੇ ਖੜ ਕੇ ਦੇਖਿਆ, ਮੈਂ ਕਿਹਾ ਲੈ ਹੁਣ ਪਹੁੰਚ ਗਈ ਘਰੇ। ਹਾਂ ਸਾਰਾ ਦਿਨ ਨਾ ਬਸ ਮੇਰੇ 'ਤੇ ਨਾ ਤੂੰ ਰਿਹਾ ਕਰ, ਚੱਲ ਮੈਂ ਤਾਂ ਚੱਲਦੀ ਹਾਂ। ਚੰਗਾ ਆਹੋ, ਉਹਨਾਂ ਨੇ ਹੁਣ ਤਾਂ ਜਾਏਗੀ, ਤੈਨੂੰ ਪਤਾ ਹੁਣ ਚੁਗਲੀਆਂ ਹੋਣੀਆਂ ਨਹੀਂ, ਜਿਹੜਾ ਢਿੱਡ ਹੌਲਾ ਕਰਨਾ ਸੀ ਕਰ ਲਿਆ। मामे बारे पुछदी सी, जवाकां बारे पुछदी सी। मेरी गल सुन, ओदे चार दिन उत्थे कट के देख ला, तैनूं खवाऊ इह पक्कियां पकाईयां। नहीं भैणे मैं उहदियां की पक्कियां पकाईयां खाणियां ने, तूं तां ही बोलण लग जांदी आ। मैं तां आप वक्तां दी मारी आ, तूं सुना लैंदी आ तेरियां सुन लैंदी आ, उह सुना जांदी ओहदियां सुन लैंदी आ। ले दस मेरियां तूं की सुन लैंदी, नाले पता नहीं किड्डा क तेरे ते वक्त पै गया। नहीं वक्त तूं कल्ली कटदी आ, तेरे नाल नहीं कटदी मैं। फिर ओही तां गल आ, हुण जे उरे बैठी आ वक्त ही कट्टी जांदी आ, होर की करी जांदे आ। फिर आए नहीं हुंदा ना, तूं भी मौका भालदी हैगी, ओह तां मेरी सरीकणी है, फिर तूं ओहदे कोले चुगलियां कादियां करदी आ। कोई चुगलियां नहीं करियां, ओही वहम हो जांदा भैणे तैनूं, तूं तां फिर ओही बोलण लग जांदी आ बिना गल तों। बस इक तेरा अपंग हैगा, कह के मुकर जिया कर, ओही गल मरे मुकरे दा फिर कोई आह ओह नहीं। जदों मैं सारियां गल्लां सुणी लईआं इत्थे खड़ के। चल चंगा फिर, हुण गलती हो गई, हुण की करां। बस करना की, हुण दाल रोटी कर लै टाइम नाल। कोई नहीं बना लैणे आ। ਜਦੋਂ ਨਾਲੇ ਵਿਹਲ ਮਿਲੀ ਫੇਰ ਉਹਦੇ ਕੋਲ ਜਾ ਕੇ ਕਰੇ ਚੁਗਲੀਆਂ। ਤਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੁੱਤ, ਹੋਰ ਕਿੱਦਾਂ? ਠੀਕ ਆ? ਹਾਂ ਠੀਕ ਆ ਮੈਂ ਤਾਂ, ਤੂੰ ਦੱਸ? ਬਸ ਠੀਕ ਆ। ਮੈਂ ਤਾਂ ਐਂ ਕਹਿੰਦੀ ਸੀ, ਮੈਂ ਕਿਹਾ ਮੈਨੂੰ ਹਲਦੀ ਦੇਈ ਥੋੜੀ ਜੀ, ਉਹ ਸਬਜ਼ੀ ਧਰੀ ਸੀ ਹਲਦੀ ਨਹੀਂ ਸੀਗੀ। ਨਹੀਂ ਮੈਂ ਮਰ ਜਾਂਦੀ, ਤੈਨੂੰ ਤਾਂ ਜਮੀ ਅਕਲ ਦਿਮਾਗ ਤੇਰਾ ਹੈ ਨਹੀਂ, ਪਹਿਲਾਂ ਤਾਂ ਬੀਆਂ ਚ ਕੌਲੀਆਂ ਚੱਕ ਕੇ ਤੁਰੀ ਫਿਰਦੀ ਆ, ਸੋਹਣੀ ਲੱਗਦੀ ਹੈ ਤੂੰ। ਦੱਸ ਕਦੇ ਤੇਰੀ ਹਲਦੀ ਮੁੱਕ ਗਈ, ਕਦੇ ਚਾਹ ਪੱਤੀ ਮੁੱਕ ਗਈ, ਕਦੇ ਖਾਣੀ ਨਹੀਂ, ਸੌਦਾ ਇਕੱਠਾ ਮੰਗਾ ਲਿਆ ਕਰ। ਨੀ ਤਾਈ, ਹਰ ਟਾਈਮ ਮੈਂ ਸੌਦਾ ਇਕੱਠਾ ਹੀ ਮੰਗਾਉਂਦੀ ਹੁੰਦੀ ਆ, ਹੁਣ ਕੀ ਕਰਾਂ? ਸਾਰੀ ਦਿਹਾੜੀ ਤੇ ਤੇਰੇ ਘਰੇ ਕੰਮ ਕਰਦੇ ਰਹੀ, ਕਿਹੜੇ ਵੇਲੇ ਜਾਵਾਂ ਲੈਣ ਸੌਦਾ? ਅੱਛਾ ਹੁਣ ਸੌਦਾ ਲੈਣ ਤੂੰ ਜਾਇਆ ਕਰੇਂਗੀ, ਉਹਨੂੰ ਮੁੰਡੇ ਨੂੰ ਭੇਜਿਆ ਕਰ। ਉਹਦੇ ਕੋਲ ਵੀ ਟਾਈਮ ਨਹੀਂ ਹੈਗਾ, ਉਹ ਕਹਿੰਦਾ ਤੂੰ ਨਾਲ ਜਾ, ਮੈਨੂੰ ਐਂ ਨਹੀਂ ਪਤਾ ਲੱਗਦਾ, ਕਹਿੰਦਾ ਜਿਹੜੀ ਜਿਹੜੀ ਚੀਜ਼ ਲਿਆਉਣੀ ਆ ਆਪ ਨਾਲ ਜਾ ਕੇ ਲੈ ਆਏਂਗੇ। ਤੈਨੂੰ ਹੀ ਬਾਹਲਾ ਪਤਾ ਹੈ, ਉੱਥੇ ਸੌਦਾ ਤਾਂ ਮੈਨੂੰ ਪਤਾ ਘੱਟ ਖਰੀਦੇਗੀ, ਆਹ ਮੈਗੀਆਂ ਸੈਗੀਆਂ ਤੂੰ ਤਾਂ ਅੱਗ ਸਵਾਹ ਜਾਂ ਕੁਛ ਵੱਧ ਖਰੀਦ ਲੈਣਾ, ਤਾਂ ਹੀ ਤਾਂ ਤੇਰਾ ਲਿੱਤ ਮੁੱਕਿਆ ਰਹਿੰਦਾ, ਕਦੇ ਗੁੜ ਮੁੱਕ ਗਿਆ, ਕਦੇ ਚਾਹ ਪੱਤੀ ਮੁੱਕ ਗਈ। ਚੱਲ ਫਿਰ ਹੁਣ ਗੁੱਸਾ ਕਿਉਂ ਕਰਦੀ ਆ? ਹੋਰ ਦੱਸ ਕਿਹੜੇ ਪਾਸੇ ਜਾਵਾਂ, ਇੱਥੇ ਹੀ ਆਉਣਾ ਹੁੰਦਾ? ਆਹ ਲੈ ਜਾ ਫਿਰ ਕੌਲੀ ਭਰ ਕੇ ਲੈ ਜਾ, ਨਹੀਂ ਵੀਰ ਹੁਣ ਇੱਥੇ ਆ ਗਈ, ਕੱਲ ਨੂੰ ਕਿਸੇ ਦੇ ਹੋਰ ਮੰਗਣ ਜਾਏਗੀ। ਉਹ ਚੱਲ ਕੋਈ ਨੀ ਲੈ ਜਾਂਦੀ ਆ। ਮੈਂ ਤਾਂ ਇਹ ਕਹਿੰਦੀ ਸੀ, ਮੈਂ ਕਿਹਾ ਅਮਨ ਭੈਣ ਦਾ ਆਇਆ ਕਿ ਨਹੀਂ ਫੋਨ ਫਾਨ? ਹੁਣ ਆਇਆ ਸੀ ਉਹਦਾ, ਅਮਨ ਦਾ ਰੋਜ਼ ਹੀ ਆਉਂਦਾ ਫੋਨ ਤਾਂ। ਕੀ ਕਹਿੰਦੀ ਆ? ਬਸ ਆਈ ਮੇਰੇ ਹਾਲ ਚਾਲ ਪੁੱਛਦੀ ਸੀ, ਮੈਂ ਉਹਨੂੰ ਆਖ ਮਾਂ ਪੁੱਤ ਮੇਰਾ ਤਾਂ ਜੀ ਨਹੀਂ ਲੱਗਦਾ, ਉਹ ਮੇਰੇ ਨਾਲ ਲੜਨ ਲੱਗ ਗਈ, ਕਹਿੰਦੀ ਫਿਰ ਤੂੰ ਮਾਮੇ ਹੋਰਾਂ ਨੂੰ ਸੱਦ ਲਾ। ਮੈਂ ਭਈ ਉਹਨਾਂ ਨੂੰ ਫੋਨ ਕਰਤਾ, ਚੱਲ ਅੱਜ ਆ ਜਾਣਗੇ ਉਹ ਵੀ। ਉਹ ਛੱਲ, ਉਹ ਆ ਜਾਣਗੇ, ਮੈਂ ਤਾਂ ਐਂ ਕਹਿੰਦੀ ਸੀ, ਮੈਂ ਕਿਹਾ ਜੀ ਉਹਨਾਂ ਨੂੰ ਐਡੀ ਛੇਤੀ ਆਉਣ ਦੀ ਕੀ ਲੋੜ ਸੀ, ਹੁਣ ਮੈਂ ਕਰੀ ਤਾਂ ਜਾਂਦੀ ਸੀ ਉਰੇ ਕੰਮ ਕਾਰ ਸਾਰਾ। ਲੈ ਚੱਲ ਫਿਰ ਕੀ ਹੋ ਗਿਆ, ਉਹ ਕੀ ਕੋਈ ਚੱਕ ਕੇ ਲੈ ਜਾਣਗੇ? ਨਹੀਂ ਤਾਈ, ਤੂੰ ਤਾਂ ਗੁੱਸਾ ਕਰ ਜਾਨੀ। ਮੈਂ ਤਾਂ ਐਂ ਕਹਿੰਦੀ ਸੀ, ਮੈਂ ਕਿਹਾ ਅੱਜ ਜਵਾਕ ਜੂਕ ਦੇਖ ਲੈਂਦੇ, ਉਹ ਜਿਹੜੇ ਪੜ੍ਹਦੇ ਨੇ ਫਿਰ ਇੱਧਰ ਆ ਜਾਂਦੇ, ਜਵਾਕ ਉੱਥੇ ਰੁੜਦੇ ਨੇ, ਗੱਲ ਸਹੀ ਨਹੀਂ ਹੈਗੀ। ਲਿਆ ਇਹ ਰੁਲਦੇ ਕਾਹਦੇ ਨਾਲ, ਆਪਦੀ ਨਾਨੇ ਨਾਨੀ ਕੋਲੇ ਨੇ ਜਵਾਕ, ਉਹ ਪਤਾ ਫੁੱਲਾਂ ਤੋਂ ਵੱਧ ਸਾਂਭ ਕੇ ਰੱਖਦੇ ਆ ਜਵਾਕਾਂ ਨੂੰ, ਤੂੰ ਤਾਂ ਉਹੀ ਪਤਾ ਨਹੀਂ ਉਹਨਾਂ ਤੇ ਕਿਉਂ ਲੱਗਦੀ ਹੈਗੀ। ਲੱਗਣ ਦੀ ਗੱਲ ਨਹੀਂ ਹੈਗੀ, ਮੈਂ ਤਾਂ ਕਹਿੰਦੀ ਸੀ ਉਹ ਵੀ ਘਰ ਦਾ ਕੰਮ ਕਰੂਗੀ, ਮੈਂ ਵੀ ਘਰ ਦਾ ਕੰਮ ਕਰੂੰਗੀ, ਐਡਾ ਕੀ ਮੈਂ ਲਾ ਇੱਕ ਜਣਾ ਕੰਮ ਕਰ ਲੈਂਦਾ, ਹੋਰ ਕੀ ਆ, ਇੰਨੇ ਜਣੇ ਇੱਥੇ ਬੁਲਾਉਣ ਦੀ ਕੀ ਲੋੜ ਸੀਗੀ। ਚੱਲ ਕੋਈ ਨੀ, ਫਿਰ ਉਹ ਕਿਹੜਾ ਤੇਰੇ ਆ ਕੇ ਬਹਿੰਦੇ ਨੇ, ਮੇਰੇ ਕੋਲੇ ਆਉਣਗੇ। ਚੱਲ ਕੋਈ ਨੀ, ਲੜਨਾ ਤੂੰ, ਮੈਂ ਤਾਂ ਹਲਦੀ ਲੈ ਜਾਣਾ। ਕੌਲੀ ਭਰ ਕੇ ਲੈ ਜੀ ਹੁਣ। ਆਹੋ ਊਂ ਚੱਕ ਲੈਂਦੀ ਆ ਮੂੰਹ ਤੀਜੇ ਕ ਦਿਨ। ਲੈ ਟੈਂਪਲ ਦਾ ਵੀ ਸਰਾ ਪਿਆ, ਕਦੋਂ ਦੀ ਗਈ ਆ ਤਾਈ ਕਿ ਹਜੇ ਮੁੜ ਕੇ ਨਹੀਂ ਆਈ? ਲੈਣ ਕੀ ਗਈ ਉਹਨਾਂ ਦੇ? ਓਏ ਯਾਰ ਹਲਦੀ ਮੁੱਕ ਗਈ ਕਿਹਾ ਸੀਗਾ, ਮੈਂ ਰੋਟੀ ਬਣਾ ਦੇ ਦਾਲ ਲੈ ਜੂ ਖੇਤ ਬਣਾ ਕੇ, ਅੱਗੇ ਹਲਦੀ ਨੂੰ ਚੱਕ ਕੇ ਕੌਲੀ ਤੁਰ ਪਈ। ਫਿਰ ਯਾਰ ਫੁੱਟੀਆਂ ਨੇ ਛੁੱਟੀਆਂ, ਸੌਦਾ ਮੁੱਕਣ ਕਿਉਂ ਦਿੰਦੇ ਹੋ ਤੁਸੀਂ? ਓਏ ਬਾਪੂ ਮੇਰੇ ਤਾਂ ਮੂੰਹ ਮਹੀਨੇ ਦੇ ਮਹੀਨੇ ਉਹ ਕਦਾ ਝੋਲਾ ਨਹੀਂ ਜਾਂਦਾ, ਮੋਢੇ ਤੋਂ ਆੜਤੀ ਵੀ ਹੈਰਾਨ ਹੁੰਦਾ ਵੀ ਇੰਨਾ ਜਾਗੜ ਹੁੰਦਾ ਯਾਰ। ਮੋਢੇ ਤੋਂ ਝੋਲਾ ਨਹੀਂ ਰਹਿੰਦਾ ਤੇ ਸਮਾਨ ਤੁਹਾਡਾ ਮੁੱਕ ਜਾਂਦਾ, ਇਹ ਖਾਂਦੇ ਹੋ ਕਿ ਤੁਸੀਂ ਡੋਲ ਦਿਓਗੇ? ਉਹ ਕੀ ਕਰਾਂ ਯਾਰ, ਕਹਿੰਦਾ ਨਾਲ ਚੁੰਬੜ ਜਾਂਦੀ ਜਦੋਂ ਜਾਂਦਾ ਵੀ ਯਾਰ ਸੌਦੇ, ਕਹਿੰਦਾ ਧਿਆਨ ਨਹੀਂ ਦੀ ਆ ਲਾ ਲਾਡਰਾ ਪਟਰੀ ਨਹੀਂ ਮੁੱਕਦਾ ਉਹਦਾ, ਮੈਂ ਤਾਂ ਮਾਰਤਾ ਜਮਾ ਇਹਨੇ। ਮਾਰਤਾ ਚੰਬਲਾਈ ਤਾਂ ਤੁਸੀਂ ਹੋਈ ਆਗੀ, ਪੈ ਤੀਵੀਆਂ ਜਾਂਦੀਆਂ ਹੁੰਦੀਆਂ ਨੇ ਕਦੇ ਸੌਦਾ ਲੈਣ, ਤੂੰ ਪਰਚੀ ਬਣਵਾ ਸਾਰਾ ਕੁਛ ਲਿਆ ਕੇ ਘਰੇ ਰੱਖ, ਤੇਰੀ ਮਾਤਾ ਕਦੇ ਗਈ ਨਹੀਂ ਸੀ ਕਿਤੇ ਮੇਰੇ ਨਾਲ। ਓਏ ਬਾਪੂ ਅੱਗੇ ਗੱਲਾਂ ਕੁਛ ਹੋਰ ਸੀ, ਹੁਣ ਤੋ ਗੱਲਾਂ ਝੁੱਗੇ ਦਾ ਪੱਲਾ ਫੜਦੀਆਂ ਨਾਲ ਕਿਤੇ ਵੀ ਜਾਈਏ। ਆਹ ਫੜਦੀਆਂ ਨੇ, ਤੁਹਾਡੇ ਚ ਦਮ ਨਹੀਂ ਗਾ ਫੜਨੇ ਆ। ਚੱਲ ਬੰਦਿਆਂ ਵਾਲੀ ਗੱਲ ਕਰ ਲਿਆ ਕਰ ਕੋਈ। ਤੇ ਤੂੰ ਕਿੰਨੀ ਕੁ ਬੰਦਿਆਂ ਵਾਲੀ ਕਰਦਾਂਗਾ, ਤਾਈ ਕਿਉਂ ਕਰਵਾ ਲਿਆ ਸੈਨ ਹੁਣ? ਉਹ ਸੈਨ ਕਰਵਾ ਕੇ ਫੇਰ ਹੀ ਲਿਆਊਂਗਾ, ਉਹ ਜੇ ਕਿਸੇ ਪਾਸੇ ਉੱਜੜਨਗੇ। ਬਾਪੂ ਜੇ ਬੈਠ ਕੇ ਰੱਖੇ ਤਾਂ ਪਤਾ ਲੱਗੇ, ਬਾਕੀ ਉਹ ਹੈ ਨੀ ਇੱਥੇ ਹੁਣ।
ਫਿਰ ਮੈਨੂੰ ਦੱਸੋ ਮਰੋ ਤੁਸੀਂ ਗੱਲ ਜੋ ਵੀ ਪਾ ਕੇ ਪਾਈ ਉਹ ਮਾਮਾ ਮਾਮੀ ਮੈਂ ਕਰਾ ਲਿਆ ਮਸਾਂ ਪਾ ਕੇ ਪਿੰਡ ਦੇ ਕੰਮ ਨਿਬੜਦੀ ਨਹੀਂ ਤੂੰ ਪਿੰਡ ਤੋਂ ਤੁਰਿਆ ਫਿਰ ਉਹ ਮੇਰੀ ਗੱਲ ਸੁਣ ਲਓ ਬਾਪੂ ਜੀ ਉਹ ਚਲੇ ਤਾਂ ਗਏ ਸੀਗੇ ਅੱਜ ਫਿਰ ਆਉਣ ਵਾਲੇ ਨੇ ਉਹ ਪੁੱਤ ਫਿਰ ਉਦੋਂ ਦੀ ਦੱਸ ਦਿੰਦਾ ਸੀ ਮੈਨੂੰ ਵੀ ਬਾਕੀ ਉਹ ਭਾਈ ਮੈਂ ਅੱਜ ਕਰਾ ਲਿਆ ਹੋਣਾ ਸੈਨ ਕੋਈ ਨਾ ਫਿਰ ਬਾਪੂ ਜੀ ਤੁਸੀਂ ਘਰੇ ਤਾਂ ਬਹਿੰਦੇ ਨਹੀਂ ਟਿੱਕੇ ਤਾਂ ਹੀ ਤੁਹਾਨੂੰ ਪਤਾ ਲੱਗੇ ਵੀ ਬਾਗੇ ਨੇ ਕਿ ਨਹੀਂ ਗਏ ਬਾਪੂ ਤੇਥੋਂ ਵੀ ਕੜੀ ਡੋਲਣ ਵਾਂਗੂ ਕੁਛ ਨਹੀਂ ਹੁੰਦਾ ਗੱਲਾਂ ਹੀ ਆ ਤੇਰੇ ਕੋਲੇ ਵੀ ਕਰਨੀਆਂ ਬਹੁਤ ਸੌਖੀਆਂ ਨੇ ਉਹ ਤੁਹਾਨੂੰ 7-8 ਮਹੀਨੇ ਦੇ ਦੇ ਤੁਸੀਂ ਤਾਂ ਕੁਛ ਕਰਿਆ ਨਹੀਂ ਹੁਣ ਮੈਨੂੰ ਹੀ ਕਰਨਾ ਪਊ ਸਾਰਾ ਕੁਛ ਮੈਂ ਕਰ ਲਾ ਲੈ ਹੁਸੈਨ ਤੂੰ ਜਾ ਖੇਤ ਕੰਮ ਕਰ ਲਾ ਉਹਦਾ ਜਾ ਕੇ ਦੇ ਲਾ ਕਿੰਨਾ ਟਾਈਮ ਹੋ ਗਿਆ ਅਮਨ ਭੈਣ ਨੂੰ ਗਈ ਨੂੰ ਹੁਣ ਮੁੜ ਕੇ ਫੇਰ ਆਉਣ ਵਾਲੀ ਆ ਤੁਹਾਡੇ ਤੋਂ ਕੁਛ ਨਹੀਂ ਹੋਣਾ ਬਾਪੂ ਜੀ ਆਹੀ ਕੁੱਲੀ 'ਚ ਰਹਾਂਗੇ ਸਾਰੀ ਉਮਰ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਨਾਲੇ ਆਪਾਂ ਤੋਂ ਕੁਛ ਹੋਣਾ ਨਹੀਂ ਗਾ ਤੇ ਨਾਲੇ ਬਦਨਾਮ ਹੋ ਗਏ ਨਾਲੇ ਆਪਣੀ ਰਿਸ਼ਤੇਦਾਰ ਟੁੱਟੂ ਸਾਰਿਆਂ ਦਾ ਜਦੋਂ ਗੱਲ ਦਾ ਪਤਾ ਲੱਗ ਗਿਆ ਵਿਆਹ ਤਾਂ ਕਰਦੇ ਫਿਰਦੇ ਆਪਾਂ ਉਹ ਤੂੰ ਬਾਹਲਾ ਸਿਆਣਾ ਨਾ ਬਣਿਆ ਕਰੋ ਜਾ ਵਗ ਜਾ ਭੱਜ ਮੈਂ ਤਾਂ ਬਾਕੀ ਚੱਲ ਜਾ ਬਣਾ ਜਿਹੜਾ ਕੋਈ ਬਣਾਉਣਾ ਗਾ ਮੈਂ ਵੀ ਖੇਤ ਜਾਣਾ ਗਾ ਦੇਖੀ ਤਾਂ ਹੁਣ ਖੇਤ ਟਲ ਤੋਂ ਮਰਾ ਕਰਦਾ ਨਾਲ ਬਾਕੀ ਜਾਂ ਤੂੰ ਮਾੜਾ ਮੋਟਾ ਮਰ ਜਾ ਮੇਰੇ ਆਹੀ ਗੱਲਾਂ ਤਾਂ ਤੁਹਾਡੀਆਂ ਮਰਵਾਉਂਦੀਆਂ ਨੇ ਨਾਲੇ ਤਾਂ ਮੈਂ ਸੈਨ ਕਰਾਵਾਂ ਨਾ ਤੇਰੇ ਨਾਲ ਖੇਤ ਜਾਵਾਂ ਦੱਸ ਕਿੱਧਰ ਕਿੱਧਰ ਜਾਵਾਂ ਮੈਂ ਚੱਲ ਤੂੰ ਸੈਨ ਹੀ ਕਰਵਾ ਲਈ ਅੱਜ ਮੈਂ ਦੇਖੀ ਜੋ ਮੈਨੂੰ ਪਤਾ ਹੁੰਦਾ ਨਹੀਂ ਤੁਹਾਡੇ ਤੋਂ ਕੁਛ ਨਾਲੇ ਨਾ ਸਿਆਪੇ ਜੇ ਮੈਥੋਂ ਨਹੀਂ ਰੋਜ਼ ਰੋਜ਼ ਹੁੰਦੇ ਇੰਨਾ ਕੁਛ ਸੁਣਾਉਂਦੀ ਅਗਲੀ ਮੈਨੂੰ ਜਦੋਂ ਉਹਦੇ ਘਰ ਜਾਵਾਂ ਕੋਲੀ ਚੱਕ ਕੇ ਕਹਿੰਦੀ ਕਦੇ ਤੂੰ ਦਾਲ ਲੈਣ ਆਉਂਦੀ ਕਦੇ ਚੀਨੀ ਲੈਣ ਆਉਂਦੀ ਕੁਛ ਬਣਾ ਲਿਆ ਕਰ ਜੇ ਘਰੇ ਕੁਛ ਹੋਊਗਾ ਤਾਂ ਹੀ ਬਣਾਓ ਉਹ ਚੱਲ ਚੰਗਾ ਬਾਗ ਜਾ ਦਿਮਾਗ ਨਾ ਖਾ ਉਹ ਤਾਂ ਤੂੰ ਵੀ ਉਹ ਗੱਲਾਂ ਉੱਥੇ ਆਰਡਰ ਲਾਡਰ ਕਿਤੇ ਮੈਗੀਆਂ ਖਰੀਦ ਲਿਆ ਕਦੇ ਕੁਛ ਕਰ ਲਿਆ ਹੁਣ ਬਣਾ ਦੇ ਸਬਜ਼ੀ ਤੁਰ ਜੂ ਮੈਂ ਵੀ ਖੇਤ ਨੂੰ ਉਹ ਹੁਣ ਕੀ ਹੋ ਗਿਆ ਤੈਨੂੰ ਕਬੂਤਰ ਵਾਂਗੂ ਅੱਖਾਂ ਜਿਹਾ ਮਚੀ ਜਾਂਦਾ ਉਹ ਬਾਪੂ ਯਾਰ ਸਿਰ ਜਾਂ ਵਾਲਾ ਦੁਖੀ ਜਾਂਦਾ ਯਾਰ ਸਿਰ ਤਾਂ ਦੁਖਣੀ ਹੈ ਮੂੰਹ 'ਚੋਂ ਹੜਬਾ ਮਾਰਦੇ ਰਾਤ ਘਟਨਾ ਝੁੱਸੀ ਗਈ ਸਾਰੀ ਰਾਤ ਬੜਾਈ ਗਿਆ ਪਿਆ ਬਾਪੂ ਯਾਰ ਪਊਆ ਦਾ ਦਾਰੂ ਦਾ ਸੀਗਾ ਕਿੰਨੀ ਕੁ ਤਾਂ ਮੈਂ ਪੀ ਲਈ ਕਿੰਨੀ ਕੁ ਮੈਂ ਉੱਤੇ ਡੋਲ ਲਈ ਜਿਹੜੀ ਹੜਵਾੜ ਮਾਰੀ ਜਾਂਦੀ ਹੈ ਆਹ 2 ਮਹੀਨੇ 'ਚ ਤੇਰੀ ਕਿਹੜਾ ਜਾਨ ਨਿਕਲ ਗਈ 2 ਮਹੀਨੇ ਵਧੀਆ ਟੱਪਾ ਤੇ ਜਮਾ ਨਹੀਂ ਹੱਥ ਲਾਇਆ ਉਹ ਚੱਲ ਯਾਰ ਕਈ ਵਾਰੀ ਫਿਰ ਹੁਣ ਦਿਲ ਕਰਿਆ ਆਉਂਦਾ ਹੈਗਾ ਹੁਣ ਇੱਕੇ ਦਮ ਤਾਂ ਛੱਡੀ ਵੀ ਨਹੀਂ ਜਾਂਦੀ ਬਾਪੂ ਯਾਰ ਤੈਨੂੰ ਪਤਾ ਹੈਗਾ ਕਿੰਨਾ ਟਾਈਮ ਹੋ ਗਿਆ ਹੁਣ ਪੀਂਦੇ ਨੂੰ ਮੈਨੂੰ ਉਹ ਤੂੰ ਛੇਰਾ ਮੈਂ ਤੇਰੇ ਨਾਲ ਰੋਜ਼ ਮੱਥਾ ਮਾਰਦਾ ਦੇਖੇ ਇਹ ਆਪਣਾ ਕੰਮ ਲੋਟ ਨਹੀਂ ਆਉਣਾ ਦਾਰੂ ਦੂਰੂ ਤਾਂ ਖੜਾ ਛੱਡ ਅਤੇ ਆਪਾਂ ਉਹ ਤੇਰੀ ਭੂਆ ਦਾ ਫੋਨ ਆਇਆ ਸੀ ਅਤੇ ਆਪਾਂ ਉਹਨੂੰ ਉੱਥੇ ਮਿਲਿਆ ਮਿਲਿਆ ਜਾ ਕੇ ਉਹ ਯਾਰ ਬਾਪੂ ਉਹਨੂੰ ਕਿੰਨੇ ਵਾਰੀ ਫੋਨ ਮੈਂ ਲਾ ਲਿਆ ਨਾ ਤਾਂ ਉਹ ਫੋਨ ਚੱਕਦੀ ਹੈ ਹੁਣ ਦੱਸ ਮੈਂ ਕੀ ਕਰਾਂ ਉਹੀ ਗੱਲ ਯਾਰ ਐਵੇਂ ਮੈਂ ਬੇਇੱਜ਼ਤੀ ਕਰਾਈ ਜਾਂਦਾ ਹੈਗਾ ਉਹਦੇ ਮਿੰਤਾਂ ਨਾਲ ਤਾਂ ਉਹਦਾ ਫੋਨ ਪਹਿਲਾਂ ਤਾਂ ਬਲੌਕ ਲਿਸਟ 'ਚੋਂ ਕਢਾਇਆ ਹੈਗਾ ਫੋਨ ਹੀ ਨਹੀਂ ਚੱਕਦੀ ਹੁਣ ਫਿਰ ਮੈਂ ਕੀ ਕਰਾਂ ਫੋਨ ਤਾਂ ਹੁਣ ਆਪਾਂ ਨੂੰ ਵੀ ਪਤਾ ਕਿੱਥੋਂ ਚੱਕੂ ਗਈ ਤਾਂ ਕਿੱਡੇ ਕੰਮ 'ਚ ਉਹ ਟ੍ਰੇਨ ਕਿਤੇ ਗਈ ਹੈ ਕਿਤੇ ਪਿੰਡ 'ਚੋਂ ਬਾਹਰ ਗਏ ਹੋ ਤਾਂ ਤੁਹਾਨੂੰ ਪਤਾ ਲੱਗੇ ਨੌਕਰੀ ਦਾ ਕੰਮ ਆ ਉਹਦਾ ਜਦੋਂ ਵਿਹਲੀ ਹੋਈ ਆਪੇ ਲਾ ਲੂ ਫੋਨ ਫਾਨ ਨਹੀਂ ਤੁਸੀਂ ਸੋਚ ਕਰੋ ਮੇਰੀ ਗੱਲ ਸੁਣ ਰਾਜ ਇਹ ਤਾਂ ਆਪਦੀਆਂ ਮਰੀ ਜਾਂਦਾ ਜਵਲੀਆਂ ਵੀਰ ਮੈਂ ਵੀ ਦੇਖੀ ਆ ਉਹਦੇ ਤਾਂ ਗੱਲ ਕਰਾਈ ਸੀ ਪੂਰੇ ਤੇ ਉਹਦੇ ਨਾਲ ਵੀਰ ਉਹਨੇ ਗੱਲ ਨਹੀਂ ਕੀਤੀ ਮੈਂ ਤੈਨੂੰ ਦੱਸਾਂ ਗੱਲ ਉਹ ਕਾਨੂੰਨ ਤੀਜਦੀਆਂ ਨੇ ਮਾਵਾਂ ਤੀਆਂ ਕਿਸੇ ਤੇ ਤੁਸੀਂ ਛੱਡੀਆਂ ਨੀ ਬਥੇਰਾ ਕੁਛ ਕੀਤਾ ਤੁਸੀਂ ਕਲੰਨ ਤਾਂ ਮੈਂ ਜਿਹੜਾ ਤੁਹਾਡੇ ਮਗਰ ਲੱਗ ਗਿਆ ਨਾ ਲੱਗਦਾ ਮਗਰ ਹੁਣ ਵਗ ਜਾ ਜਾ ਲੈ ਆ ਪੈਰੀਆਂ ਥਲਾ ਕੇ ਉਹਨੂੰ ਓਏ ਹੁਣ ਤਾਂ ਲੈ ਕੇ ਆਵਾਂਗੇ ਕਿਸੇ ਢੰਗ ਨਾਲ ਫਿਰ ਵੀ ਚੰਗੀਆਂ ਸੀ ਆਪਾਂ ਨੂੰ ਕੁਛ ਨਾ ਕੁਛ ਦੇ ਗਈਆਂ ਨੇ ਫਿਰ ਵੀ ਫਿਰ ਕੀ ਜਾਨ ਨਿਕਲ ਗਈ ਸੀ ਉਹਦੀ ਜੇ ਲਿਆਉਂਦੀ ਸੀ ਆਪਦੇ ਘਰ ਖੱਤਰੀ ਲਿਆਉਂਦੀ ਸੀਗੀ ਉਈ ਮਰੀ ਜਾਂਦਾ ਉਹੀ ਗੱਲ ਮੁੜ ਘੁੜ ਕੇ ਉਹੀ ਮੁੱਦਾ ਚੱਕ ਲੈਂਦਾ ਦੁਬਾਰੇ ਦੁਬਾਰੇ ਚੱਲ ਕੋਈ ਨੀ ਜਾ ਕੇ ਉੱਥੇ ਮਿੰਤਾਂ ਮੁੰਤਾਂ ਕਰਕੇ ਉਹਨਾਂ ਨੂੰ ਬੜਾ ਲਿਆ ਸੀਗਾ ਹੁਣ ਭਾਈ ਉਹਨਾਂ ਦੀ ਮਰਜ਼ੀ ਅਗਲਿਆਂ ਦੀ ਆਪਣੇ ਨਾਲ ਗੱਲ ਕਰਨ ਨਾ ਕਰਨ ਹਨਾ ਹੁਣ ਧੱਕੇ ਨਾਲ ਆਪਾਂ ਕਿਹਨੂੰ ਕਹੀਏ ਫਿਰ ਉੱਥੇ ਜਾਇਓ ਉਹਦੀ ਮਾਂ ਕੋਲੇ ਜਾਇਓ ਅਮਨ ਦੀ ਕੋਲੇ ਫਿਰ ਹੁਣ ਜਾਈਏ ਕਿਹੜੇ ਮੂੰਹ ਜਦੋਂ ਅਮਨ ਤਾਂ ਚੱਜ ਨਾਲ ਗੱਲ ਨਹੀਂ ਕਰਦੀ ਮਾਂ ਕਿੱਥੋਂ ਮੂੰਹ ਲਾਊਗੀ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਸੀਬੋ ਨੂੰ ਪੁੱਛ ਲੈ ਜੇ ਜ਼ਿੰਮੇਵਾਰੀ ਲੈਂਦੀ ਹੈ ਤੂੰ ਬਾਹਲਾ ਸੀਬੋ ਦਾ ਚਮਚਾ ਬਣਿਆ ਹੋਇਆਗਾ ਜੇ ਤੂੰ ਜ਼ਿੰਮੇਵਾਰੀ ਲੈਂਦੀ ਹੈ ਕਹਿੰਦੇ ਕੁਛ ਨਹੀਂ ਬੋਲਦੇ ਤਾਂ ਜਾ ਆਵਾਂਗੇ ਉਹ ਤਾਂ ਗਲੋਂ ਗਲਾਵਾਂ ਕਢਾ ਗਈ ਕਿਰਾਂ ਤਾਂ ਕਹਿੰਦੀ ਭਾਈ ਤੁਸੀਂ ਆਪ ਜਾ ਕੇ ਆਓ ਮੈਂ ਤਾਂ ਫੇਰ ਦੇਖੂੰਗਾ ਉਹਨੇ ਗਲੋਂ ਗਲਾਵਾਂ ਕਢਾਉਣਾ ਹੀ ਸੀ ਤੇਰੇ ਘਰ 'ਚ ਫਰਕ ਪਾ ਗਿਆ ਤੇਰੇ ਲਾ ਲਾ ਕੇ ਉਂਗਲਾਂ ਉਹਦੇ ਮੇਰੇ ਨਾਲ ਲੜਾਉਣ ਵਾਲਾ ਕਰਤਾ ਸੀਗਾ ਉਹ ਤਾਂ ਫੁੱਟ ਪਾਉਣ ਵਾਲੀ ਹੈ ਉਹ ਤੇਰੇ ਘਰ ਵਸਾਉਂਦੀ ਨਹੀਂ ਹੈਗੀ ਲੱਗ ਜਾਂਦਾ ਉਹਦੇ ਮਗਰ ਸੀਬੋ ਦੇ ਚੱਲ ਕੋਈ ਨੀ ਮਾਂ ਕਾਹਨੂੰ ਫੁੱਟ ਪਵਾਉਂਦੀ ਆ ਉਹ ਤੁਸੀਂ ਵੀ ਨਾ ਇਹੀਆਂ ਗੱਲਾਂ ਕਰਿਆ ਕਰੋ ਕੋਈ ਨੀ ਉਹ ਤਾਂ ਆਪਣੇ ਘਰ ਦੀ ਸੌਖੀ ਭਾਲਦੀ ਆ ਉਹਨੂੰ ਆਏ ਆ ਵੀ ਚੱਲ ਇਹਨਾਂ ਦਾ ਘਰ ਫੇਰ ਦੁਬਾਰੇ ਸਾਰਾ ਇਕੱਠਾ ਹੋ ਜੇ ਅਮਨ ਘਰੇ ਆ ਜੇ ਉਹ ਤਾਂ ਵਿਚਾਰੀ ਇਹੀ ਸੋਚਦੀ ਆ ਉਹ ਕਾਹਨੂੰ ਫੁੱਟ ਪਵਾਉਂਦੀ ਆਪਣੇ ਘਰ 'ਚ ਫਿਰ ਰਹੇ ਤਾਂ ਸਹੀ 4 ਦਿਨ ਫਿਰ ਉੱਡ ਗਈ ਉਹ ਚੱਲ ਕੋਈ ਨੀ ਆਪਦੇ ਘਰ ਦਾ ਵੀ ਕੰਮ ਹੁੰਦਾ ਮਾਂ ਤੈਨੂੰ ਪਤਾ ਹੈਗਾ ਸਾਰੀਆਂ ਗੱਲਾਂ ਤੁਸੀਂ ਆਪਦੀ ਗੱਲ ਨਾ ਨੀਵੀਂ ਨਹੀਂ ਹੋਣ ਦਿੰਦੇ ਤੁਸੀਂ ਗਲਤੀ ਕਿਉਂ ਨਹੀਂ ਮੰਨਦੇ ਆਪਦੀ ਜਦੋਂ ਗਲਤੀਆਂ ਸਾਰੀਆਂ ਆਪਣੇ 'ਚ ਨੇ ਮੇਰੀ ਗੱਲ ਸੁਣ
ਉਹ ਕੁੜੀ ਦੇਖ ਲੈ ਦਮ ਦਮ ਤਾਂ ਕੰਮ ਕਰਦੀ ਸੀ, ਜੀ ਤੋਂ ਬਿਨਾਂ ਨਹੀਂ ਬੋਲਦੀ ਸੀ, ਸਾਰਾ ਦਿਨ ਵਧੀਆ ਖੇਡੂ ਚੱਲਦੀ ਸੀ, ਹੁਣ ਆਪਣੇ ਉਹਦੇ ਕੀ ਸਾਰੇ ਤੋਂ ਪਤਾ ਰੋਜ਼ ਨੂੰ ਤੁੰਨੀ ਐਂ ਕਰਦੇ, ਅੱਜ ਕਿੱਲਾ ਲਿਆ ਦੇ ਫਲਾਨਾ ਲਿਆ ਦੇ, ਉਹ ਸਾਰਾ ਕੁਛ ਤੁਹਾਡੀ ਸੀ ਕੰਜਰੋ, ਹੁਣ ਜੇ ਉਹ ਨੌਕਰੀ ਤੇ ਲੱਗ ਗਈ 90,000 ਚੜੇ ਮਹੀਨੇ ਵੱਟਦੇ ਪਏ। ਚੱਲ ਬਾਪੂ ਉਹਦਾ ਗੱਲ ਤੇਰੀ ਠੀਕ ਹੈ, ਮੰਨ ਗਏ ਤੇਰੀ ਗੱਲ, ਹੁਣ ਆਪਾਂ ਦੇਖ ਇੰਨੇ ਨੀਵੇਂ ਹੋ ਗਏ, ਇੰਨੀਆਂ ਮਿੰਨਤਾਂ ਕਰ ਲਈਆਂ, ਫਿਰ ਹੁਣ ਅਗਲਾ ਫਿਰ ਵੀ ਨਹੀਂ ਆਪਣੇ ਨਾਲ ਗੱਲ ਕਰਦਾ, ਦੱਸ ਫਿਰ, ਹੁਣ ਤਾਂ ਇਹਦਾ ਜੱਜ ਵੀ ਸਜ਼ਾ ਦੇ ਦਿੰਦਾ ਬੰਦੇ ਨੂੰ, ਮਾਫ਼ ਕਰ ਦਿੰਦਾ ਫਿਰ ਵੀ ਉਹ, ਤੇ ਜਿਹੜਾ 15 lakh ਉਹਨਾਂ ਦੀ ਝੋਲੀ 'ਚ ਪਾਤਾ ਉਹ ਚਾਹੇ ਫਿਰ ਉਹ ਪਾਤਾ ਪਵਾਤਾ, ਉਹ ਤਾਂ ਲੈ ਗਈਆਂ ਕੱਢੋ ਵੱਡੀਆਂ, ਫਿਰ ਹੁਣ ਉਹ ਕਿਉਂ ਮੁੱਦਾ ਛੇੜਦਾ ਦੁਬਾਰਾ ਦੁਬਾਰਾ, ਹੈਂ? ਫਿਰ ਮੈਂ ਇਹੀ ਕਹਿਣਾ, ਚਲੋ ਤਾਂ ਗਏ ਹੁਣ, ਆ ਵੀ ਨਾ ਸਾਰਾ ਕੁਛ ਖੰਝਾ ਲਿਓ, ਮਾੜਾ ਮੋਟਾ ਨਰਮਾਈ ਨਾਲ ਚੱਲੋ ਹੁਣ। 90,000 ਤਾਂ ਤੈਨੂੰ ਫੜਾਈ ਖੜੀ ਹੈ, ਤਾਂ 90,000 ਤੇ ਚੌੜਾ ਹੋਇਆ ਖੜਾ, ਕਿਸੇ ਨੂੰ ਨਹੀਂ ਦਿੰਦੀ ਉੱਠਿਆ ਨਹੀਂ, ਉਹ ਤਾਂ 90 rupees ਵੀ ਨਹੀਂ ਦਿੰਦੀ ਜਿਹੜੇ ਹਿਸਾਬ ਨਾਲ ਚੱਲਦੀਆਂ ਨੇ। ਚੀਬੋ ਨੂੰ ਸਾਹ ਨਹੀਂ ਪਿਆਉਂਦੀਆਂ ਸੀ, ਜਦੋਂ ਚਿੱਤ 'ਚ ਗੱਲ ਕੋਈ ਹੋਰ ਹੁੰਦੀ, ਇੱਥੇ ਹੀ ਆਊਗੀ ਕੁੜੀ, ਮੈਥੋਂ ਲਿਖਾ ਕੇ ਲੈ ਲਓ, ਮਾੜਾ ਜਿਹਾ ਤੁਸੀਂ ਨਰਮਾਈ ਰੱਖੋ। ਮੈਂ ਨਹੀਂ ਕਹਿੰਦੀ ਵੀ ਆਊਗੀ, ਸੀਬੋ ਟਾਲੀ ਹੈਗੀ, ਉਹ ਤਾਂ ਪੁੱਛ ਤੇ ਅੱਗ ਲੱਗੀ ਵਾਲੇ ਵਾਂਗੂ ਵੱਗ ਗਈ, ਜਾ ਕੇ ਉੱਥੇ ਮਿੱਠੀਆਂ ਮਾਰ ਕੇ ਤੇਰੀਆਂ ਮੇਰੀਆਂ ਕਰ ਲਈਆਂ, ਉਹਨਾਂ ਕੋਲ ਚੁਗਲੀਆਂ, ਉਹਨਾਂ ਨੂੰ ਚੁਗਲੀਆਂ ਲੱਗੀਆਂ ਚੰਗੀਆਂ, ਤੇ ਬਸ ਉਹਨਾਂ ਨੇ ਕਹਿਤਾ ਹਾਂ ਤੋਰ ਦਿਆਂਗੇ ਵੱਡਿਆ ਪਲੋ ਕਿ ਉਹਨਾਂ ਨੇ ਮੋੜਤੀ। ਚੱਲ ਚੰਗਾ ਯਾਰ, ਤੁਸੀਂ ਨਹੀਂ ਚੁੱਪ ਕਰਦੇ ਬੈਠੇ ਰਹੋ ਆਪਦਾ, ਤੇਰੇ ਮੂਹਰੇ ਹੱਥ ਬੰਨੇ, ਬਸ ਤੂੰ ਆਪਦੀਆਂ ਹਿੰਕੜੀਆਂ ਛੱਡ ਦੇ, ਮਾੜੇ ਨੀਵੀਂ ਹੋ ਕੇ ਰਹਿ, ਸਾਰਾ ਕੁਝ ਸੈੱਟ ਹੋ ਜੂਗਾ। ਬੇ ਮੈਂ ਤਾਂ ਨੀਵੀਂ ਹੋਈ ਬੈਠੀ ਹਾਂ, ਹੋਰ ਹੁਣ ਇਦੂ ਧਰਤੀ 'ਚ ਵੜ ਜਾ ਨੀਵੀਂ ਹੋ ਕੇ, ਹਾਂ ਗੱਲਾਂ ਦੇਖ ਕਰਦਾ, ਨਾਲੇ ਇਹਨੂੰ ਮਾੜਾ ਮੋਟਾ ਸਮਝਾ ਲੈ, ਮਾੜਾ ਮੋਟਾ ਕਹਿ ਦੇ, ਕਹਿੰਦੇ ਅਖਦਾਰੂ ਨਾ ਝੂਸਿਆ ਕਰ, ਜੇ ਦੁਬਾਰੇ ਪੀਣ ਲੱਗ ਢਹਿ ਜਾਣਾ ਮੁੜ ਕੇ ਫਿਰ ਨਹੀਂ ਲੋਟ ਆਉਣਾ, ਆ ਮਸਾਂ ਘਟਿਆ ਸੀਗਾ। ਤੂੰ ਬਾਹਲਾ ਸਮਝਦੀ ਹੈ ਮੇਰੇ ਕਹੇ ਤੋਂ, ਮੈਂ ਕੀ ਕਹਿੰਦੀ ਹਾਂ ਤੈਨੂੰ, ਜਾ ਕੇ ਕੰਮ ਕਰ ਲੈ, ਜਾ ਕੇ ਉੱਧਰ ਲੈਂਦੀ ਹਾਂ ਕੰਮ, ਲਹੂ ਕੀ ਰੱਖਿਆ ਜੈਰ। ਜੀ ਸਤਿ ਸ੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ, ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।